ओबिंदु सेंग ला दरोतरा पर पोन पोन ती सा जी पोन पोन ती सा मंदो बार बार जगदी सा एकम करा सत ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਸੁਨ ਬੈਨ ਦੀਨ ਅਤ ਜੋ ਪਇਓ ਬੋਰੋ ਹਿਤ ਖੁਦਾਈ ਨਾਮ ਮੁਕਤੀ ਕਯੋ ਦੋਨੋ ਚਸ਼ਮ ਕੁਸ਼ਾਦ ਨਿਸ਼ ਸਤੈ ਸਮੂਹੇ ਓ ਬੋਲੇ ਰਾਗ ਤਿਲੰਗ ਸ਼ਬਦ ਜੋ ਦੁਖ ਦਹੇ ਵਾਹੇ ਗੁਰਜੀ ਕਾ ਖਾਲਸਾ वाह है गुरु जी की फतेह आप नारायण कलातार जग मह परवरयो निरंकार आकार जो जग मंडल करयो पतित पावन गुरु गरीब निवाज अंतर जामी पार ब्रह्म परमेश्वर ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿਸਭਾਏ ਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਹੁਣੇ-ਹੁਣੇ ਆਪ ਜੀ ਨੇ ਰੱਬੀ ਬਾਣੀ ਅਨੰਦਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਰੇ ਮਾਨਾ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਐ ਮੇਰੇ ਮਨ ਰੱਬ ਨਾਲ ਪਿਆਰ ਪਾ ਆਪਣੇ ਕੰਨਾਂ ਦੁਆਰਾ ਰੱਬ ਦੇ ਗੁਣ ਸੁਣ ਅਤੇ ਇਸ ਰਸਨਾ ਦੁਆਰਾ ਰੱਬ ਦਾ ਜਸ ਗਾ ਜੀਵੇਂ ਜੀਵੇਂ ਇਹ ਰਸਨਾ ਜਸ ਗਾਵੇਗੀ ਇਹ ਕੰਨ ਰੱਬ ਦਾ ਨਾਮ ਸੁਣਨਗੇ ਓਵੇਂ ਓਵੇਂ ਅੰਦਰ ਪ੍ਰੇਮ ਵਧੇਗਾ ਖਾਲਸਾ ਜੀਉ ਐਸਾ ਨੰਨ੍ਹ ਮਈ ਕੀਰਤਨ ਆਪ ਜੀ ਨੇ শ্রবণ ਕੀਤਾ ਉਪਰੰਤ ਜੋ ਗੁਰੂ ਘਰ ਦੀ ਮਰਿਆਦਾ ਹੈ ਕਥਾ ਕੀਰਤਨ ਸੁਖਦਾਈ ਕਿ ਕਥਾ ਕੀਰਤਨ ਦੋਵੇਂ ਸੁਖ ਦੇਣ ਵਾਲੇ ਹਨ ਸਾਡੇ ਹਿਰਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਸ ਰੂਪ ਬੈਠ ਜਾਵੇ ਜੋ ਜੋਤ ਰੂਪ ਹਨ ਗੁਰੂ ਨਾਨਕ ਮਹਾਰਾਜ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਦਤ ਸਿਓ ਦਤ ਮਿਲਾਇਓ ਉਹੀ ਜੋ ਸਰੂਪ ਦੀ ਕਥਾ ਚੋੜਾ ਮਨ ਕਵੀ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਜੋ ਆਪਣੀ ਮੁਬਾਰਕ ਕਲਮ ਦੁਆਰਾ ਬਿਆਨ ਕੀਤੀ ਹੈ ਉਸ ਕਥਾ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ ਪਿਛਲੇ ਪ੍ਰਕਰਨਾ ਵਿੱਚ ਆਪ ਜੀ ਨੇ ਸਰਵਣ ਕੀਤਾ ਗੁਰੂ ਨਾਨਕ ਮਹਾਰਾਜ ਤਲਵੰਡੀ ਰਾਏ ਭੁਇ ਦੀ ਗਲੀਆਂ ਵਿੱਚ ਅਨੇਕ ਤਰ੍ਹਾਂ ਦੇ ਕੌਤਕ ਕਰਦੇ ਹਨ ਪਿਤਾ ਜੀ ਨੇ ਵੇਖਿਆ ਕਿ ਮੇਰਾ ਇਹ ਬਾਲਕ ਵੱਡਾ ਹੋ ਰਿਹਾ ਹੈ ਜੇ ਹੁਣ ਸਮਾਂ ਹੈ ਪੜ੍ਹਾਈ ਦਾ ਇਹਨੂੰ ਪੜਨ ਪਾਈਏ ਜੇ ਅੱਜ ਨਾ ਪੜ੍ਹਿਆ ਤੇ ਵੱਡਾ ਹੋ ਕੇ ਨਹੀਂ ਪੜ੍ਹੇਗਾ ਇਹ ਵਿਚਾਰ ਕਰਕੇ ਪਿਤਾ ਕਲਿਆਨ ਦਾਸ ਜੀ ਨੇ ਆਖਿਆ ਚਲ ਬੇਟਾ ਤੈਨੂੰ ਪੜਾਈਏ ਤੇ ਪੜਨ ਲਈ ਮੁਲਾਣੇ ਕੋਲ ਲੈ ਕੇ ਖਾਲਸਾ ਜੀ ਉਹ ਮੁਲਾਣੇ ਨੂੰ ਆਖਿਆ ਮੁੱਲਾ ਨੂੰ ਆਖਿਆ ਐ ਮੁੱਲਾ ਜੀ ਇਹ ਮੇਰਾ ਫਰਜ਼ੰਦ ਹੈ ਨਾਨਕ ਇਸ ਨੂੰ ਪੜਾਉ ਕੋਈ ਇਲਮ ਸਿਖਾਉ ਮੁੱਲਾ ਕਹਿਣ ਲੱਗਾ ਜੀ ਕੱਲ ਸਵੇਰੇ ਆਉਣਾ ਇੱਕ ਗੱਲ ਸ਼੍ਰਵਣ ਕਰਕੇ ਪਿਤਾ ਜੀ ਵਾਪਸ ਆ ਗਏ ਕੱਲ ਸਵੇਰ ਦਾ ਦਿਨ ਚੜਿਆ ਖਾਲਸਾ ਜੀਉ ਪਿਤਾ ਜੀ ਆਪਣੇ ਸਹਬਜ਼ਾਦੇ ਫਰਜ਼ੰਦ ਗੁਰੂ ਨਾਨਕ ਮਹਾਰਾਜ ਜੀ ਨੂੰ ਤਿਆਰ ਕਰਕੇ ਲੈ ਗਏ 1 ਰੁਪਿਆ ਦਾ ਖਾਲਸਾ ਜੀਉ ਜੋ ਉਸ ਵੇਲੇ ਜੋ ਸ਼ਗਨ ਸੀ ਮਰਿਆਦਾ ਸੀ ਉਹਦੀ ਮਠਾਈਆਂ ਲਈਆਂ ਤੇ ਚਲੇ ਗਏ ਮੁਲਾਣੇ ਕੋਲ ਮੁਲਾਨਾ ਜੀ ਇਹ ਮੇਰਾ ਫਰਜ਼ੰਦ ਨਾਨਕ ਆ ਗਿਆ ਹੈ ਇਸ ਨੂੰ ਪੜਾਓ ਇਹ ਕਹਿ ਕੇ ਪਿਤਾ ਕਾਲੂ ਜੀ ਵਾਪਸ ਆ ਗਏ ਮੁਲਾਨਾ ਜਿਹੜੇ ਚੜੇ ਕਰ ਪੜਾਉਂਦਾ ਹੈ ਸਭ ਤੋਂ ਪਹਿਲਾਂ ਉਹਨੇ ਫਾਰਸੀ ਦੀ ਸਿਰਫੀ ਪੜਾਈ ਖਾਲਸਾ ਜੀ ਅਲਫ ਬੇ ਪੇ ਤੇ ਆਦ ਜਿਵੇਂ ਗੁਰਮੁਖੀ ਦੇ 35 ਅੱਖਰ ਇਸੇ ਤਰ੍ਹਾਂ ਫਾਰਸੀ ਦੇ ਅੱਖਰ ਪੜਾਏ ਅਜੇ ਮੁੱਲਾ ਬੋਲਦਾ ਹੈ ਉਹਦੀ ਜ਼ੁਬਾਨ ਤੇ ਅੱਖਰ ਹਨ ਪਰ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਤੋਂ ਅੱਖਰ ਪਹਿਲਾਂ ਹੀ ਬਾਹਰ ਆ ਜਾਦੇ ਮੁੱਲਾ ਸੋਚਦਾ ਹੈ ਕਿ ਲੱਗਦਾ ਇਹ ਮੇਰੇ ਤੋਂ ਪਹਿਲਾਂ ਕਿਤੇ ਪੜੇ ਹੋਣੇ ਤਾਂ ਹੀ ਬਹੁਤ ਅਕਲਵੰਦ ਹਨ ਬਹੁਤ ਸਿਆਣੇ ਹੈ जो जो मुला पढ़ाई गया गुरु नानक महाराज ओ पढ़ी गए पढ़ी गए फटाफट सारे बच्चे भी देख हैरान भी आज ही बच्चा पहले दिन आया इतना कुछ पढ़ गया है सारे पासे कह लगे जी बच्चा बहुत स्याण है कोई कलावान है कोई ओलिया अवतार है ਗੁਰੂ ਨਾਨਕ ਪਾਤਸ਼ਾਹ ਦੀ ਇਸ ਤਰ੍ਹਾਂ ਖਾਲਸਾ ਜਿਓ ਜੈ ਜੈਕਾਰ ਹੋਣ ਲੱਗੀ ਪਾਤਸ਼ਾਹ ਨੇ ਸੋਚਿਆ ਵੀ ਇਹ ਗੱਲ ਤਾਂ ਬਣਦੀ ਨਹੀਂ ਅਸੀਂ ਤਾਂ ਆਪਣੀ ਜੈ ਜੈਕਾਰ ਕਰਾਉਣ ਵਾਸਤੇ ਨਹੀਂ ਆਏ ਇਸ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਏ ਮਹਾਰਾਜ ਫਿਰ ਆਨੰਦ ਵਿੱਚ ਰਹਿਣ ਲੱਗੇ ਨਾ ਪਾਤਸ਼ਾਹ ਪੜਨ ਜਾਂਉਂਦੇ ਹੁਣ ਹੁਣ ਕਦੀ ਮਹਾਰਾਜ ਜੰਗਲ ਵਿੱਚ ਬਹਿ ਜਾਂਦੇ ਕਦੀ ਘਰ ਵਿੱਚ ਬੈਠੇ ਰਹਿੰਦੇ। ਨਾ ਬੋਲਦੇ ਨਾ ਹੱਸਦੇ ਨਾ ਖੇਡਦੇ। ਮਾਤਾ ਜੀ ਨੇ ਵੇਖਿਆ ਪਿਤਾ ਜੀ ਨੇ ਵੇਖਿਆ ਵੀ ਕੀ ਹੋ ਗਿਆ। ਚੰਗੇ ਭਲੇ ਪੜ੍ਹਦੇ ਸੀ ਹੁਣ ਪੜ੍ਹਦੇ ਵੀ ਨਹੀਂ। ਤੇ ਪਿਤਾ ਕਲਿਆਨ ਦਾਸ ਇਤਨੇ ਉਦਾਸ ਹੋਏ। ਮੁੱਲਾ ਜੀ ਕੋਲ ਚਲੇ ਗਏ। ਮੁੱਲਾ ਜੀ ਆ ਕੇ ਦੇਖੋ ਮੇਰੇ ਨਾਨਕ ਨੂੰ ਕੀ ਹੋ ਗਿਆ ਹੈ। ਤੁਹਾਨੂੰ ਕੀ ਪੜਾਇਆ ਇਹਨਾਂ ਨੂੰ ਕੋਈ ਜਾਦੂ ਡੋਣਾ ਕੀਤਾ ਹੈ ਕਿਹੜਾ ਇਲਮ ਭਲਾਇਆ ਹੈ ਕਿ ਉਸ ਇਲਮ ਨੂੰ ਪੜ੍ਹ ਕੇ ਇਹ ਚੁੱਪ ਹੋ ਗਏ ਹਨ ਬੋਲਦੇ ਵੀ ਨਹੀਂ ਬੁੱਲਾ ਆਇਆ ਵੇਖਣ ਲੱਗਾ ਕਹਿਣ ਲੱਗਾ ਨਾਨਕ ਜੀ ਬੋਲੋ ਤੁਸੀਂ ਤਾਂ ਬੜੇ ਸਿਆਣੇ ਹੋ ਬੋਲਦੇ ਕਿਉਂ ਨਹੀਂ ਇਹ ਪੜ੍ਹਾਈ ਤੁਹਾਡੇ ਕੰਮ ਆਵੇਗੀ ਕੁਝ ਪੜ੍ਹੋ ਕੁ ਸਿਆਣੇ ਬਣੋ ਪਰ ਗੁਰੂ ਨਾਨਕ ਮਹਾਰਾਜ ਆਪਣੇ ਆਨੰਦ ਵਿੱਚ ਲੀਨ ਨਾ ਬੋਲਦੇ ਹਨ ਚੁੱਪਚਾਪ ਪਾਤਸ਼ਾਹ ਇਸ ਤਰ੍ਹਾਂ ਜਦੋਂ ਬਹੁਤ ਵਾਰੀ ਖਾਲਸਾ ਜਿਉਂ ਬੁਲਾਣੇ ਨੇ ਆਖਿਆ ਦੁਨੀਆ ਵਿੱਚ ਰੋ ਦੁਨੀਆ ਦੀ ਪੜ੍ਹਾਈ ਕਰੋ ਤੁਹਾਡੇ ਕੰਮ ਆਵੇਗੀ ਵਧੀਆ ਪੈਸਾ ਕਮਾਓਗੇ ਪਰ ਹੁਣ ਗੁਰੂ ਨਾਨਕ ਮਹਾਰਾਜ ਦੁਨੀਆ ਦੀ ਸਚਾਈ ਉਹ ਦਸਤੇ ਹਨ ਬਦੁਨੀਆ ਹੈ ਕੀ ਇਸ ਦੁਨੀਆ ਤੇ ਜੋ ਆਇਆ ਹੈ ਉਹਦੇ ਕੇਸ ਅਜ਼ਰਾਈਲ ਗ੍ਰਿਫਤੇ ਨੇ ਪਕੜੇ ਹੋਏ ਹਨ ਖਾਲਸਾ ਜੀਓ ਇਹ ਵਿਰਾਗਮਈ ਆਨੰਦਮਈ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦੇਣ ਲੱਗੇ ਹਨ ਆਓ ਪਰਥਾਈ ਸਾਕੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਕਿ ਕੇਵਲ ਮੁੱਲਾ ਲਈ ਨਹੀਂ ਸਾਡੇ ਸਾਰਿਆਂ ਲਈ ਗੁਰੂ ਨਾਨਕ ਮਹਾਰਾਜ ਜੀ ਨੇ ਐਸਾ ਗਿਆਨਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦੇ ਹਾਂ ਸ਼ਰਧਾ ਸਤਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੜਿੱਲ ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਪਇਓ ਇਸ ਮੁਲਾਣੇ ਦੇ ਬਚਨ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਸੁਣੇ ਕਿ ਮੁੱਲਾ ਤੇ ਬੜਾ ਦੀਨ ਹੋ ਗਿਆ ਹੈ ਬਾਰ-ਬਾਰ ਬੇਨਤੀ ਕਰਦਾ ਦੱਸੋ ਮਹਾਰਾਜ ਜੀ ਦੱਸੋ ਨਾਨਕ ਜੀ ਬੋਲਦੇ ਕਿਉਂ ਨਹੀਂ ਬਹੋਰੋ ਹੇਤ ਖੁਦਾਏ ਨਾਮ ਮੁਖਤੇ ਕਹਿਓ। ਇਹ ਮੁੱਲਾ ਫਿਰ ਕਹਿਣ ਲਗਾ ਖੁਦਾ ਦੇ ਵਾਸਤੇ ਤਾਂ ਬੋਲੋ। ਚਲੋ ਪਰਵਾਰ ਲਈ ਛੱਡੋ। ਮੇਰੇ ਲਈ ਛੱਡੋ ਪੜ੍ਹਾਈ ਨਹੀਂ ਕਰਨੀ ਛੱਡੋ। ਤੁਹਾਨੂੰ ਖੁਦਾ ਦਾ ਵਾਸਤਾ ਹੈ। ਅੱਲਾਹ ਤਾਲਾ ਦਾ ਵਾਸਤਾ ਹੈ ਹੁਣ ਤਾਂ ਬੋਲੋ। ਜਦੋਂ ਖੁਦਾ ਦਾ ਵਾਸਤਾ ਦਿੱਤਾ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਦੋਨੋਂ ਚਸ਼ਮ ਕੁਸ਼ਾਦ ਨੇਸ਼ ਸਾਤੇ ਸਮੂਹੇ ਤੂੰ ਚਸ਼ਮ ਦੋ ਨੇਤਰ ਪਾਤਸ਼ਾਹ ਨੇ ਪ੍ਰਕਾਸ਼ਿਤ ਕੀਤੇ ਆਪਣੇ ਦੋਵੇਂ ਨੇਤਰ ਖੋਲੇ ਮਹਾਰਾਜ ਜੀ ਨੇ ਤੇ ਖੋਲ ਕੇ ਮਹਾਰਾਜੀ ਆਪਣੇ ਮੁਖਾਰ ਬਿੰਦ ਤੋਂ ਕਹਿਣ ਲੱਗੇ ਉਹ ਬੋਲੇ ਰਾਗ ਤਿਲੰਗ ਸ਼ਬਦ ਜੋ ਦੁੱਖ ਦਹੇ ਤਿਲੰਗ ਰਾਗ ਵਿੱਚ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਿਹੜਾ ਸ਼ਬਦ ਦੁੱਖ ਦੂਰ ਕਰਨ ਵਾਲਾ ਹੈ ਖਾਲਸਾ ਜੀਓ ਸਾਰੇ ਦੁੱਖ ਸਾੜਨ ਵਾਲਾ ਹੈ ਤਿਲੰਗ ਰਾਗ ਦਾ ਇਹ ਪਹਿਲਾ ਸ਼ਬਦ ਹੈ 722 ਅੰਗ ਤੇ ਗੁਰਗ੍ਰੰਥ ਸਾਹਿਬਾ ਦੇ ਅੰਦਰ ਸੁਭਾਈ ਮਾਨ ਹੈ ਤੇ ਐਸਾ ਸ਼ਬਦ ਮਹਾਰਾਜੀ ਉਚਾਰਨ ਕਰਨ ਲਗੇ ਸ੍ਰੀ ਮੁਖਵਾਕ ਦੁਨੀਆ ਮੁਕਾਮੇ ਪਾਨੀ ਤਾਕੀਕ ਦਿਲਦਾਨੀ ਅਨੁਗੁਰ ਨਾਨਕ ਮਹਾਰਾਜ ਇਰਹਾਉ ਦੀਆਂ ਪੰਕਤੀਆਂ ਖਾਲਸਾ ਜੀ ਜਦੋਂ ਕੋਈ ਰਾਗੀ ਰਬਾਬੀ ਕਿਸੇ ਸ਼ਬਦ ਦੀ ਧੁਨੀ ਉਠਾਉਂਦਾ ਹੈ ਰਹਾਉ ਦੀ ਪੰਕਤੀ ਤੋਂ ਕੀਰਤਨ ਕਰਦੇ ਤੇ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਪ੍ਰਮਾਨ ਕਰਨ ਲੱਗੇ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾ ਨਹੀਂ ਐ ਮੁੱਲਾ ਜੀ ਇਹ ਦੁਨੀਆ ਦੇ ਲੋਕੋ ਦੇਖੋ ਦੁਨੀਆ ਕਿਹਦਾ ਮੁਕਾਮ ਹੈ ਕੈਸੀ ਥਾਂ ਹੈ ਇਹ ਫਨਾ ਹੋਣ ਵਾਲੀ ਹੈ ਪਾਨੀ ਫਨਾ ਹੋਣ ਵਾਲੀ ਇਸ ਥਾਂ ਤੇ ਜਿਹੜਾ ਆਇਆ ਹੈ ਉਹਨੂੰ ਜਾਣਾ ਪਵੇਗਾ ਦੁਨੀਆ ਦਾ ਹਰ ਮੁਕਾਮ ਹਰ ਘਰ ਹਰ ਥਾਂ ਤੇ ਜਿਹੜਾ ਮਨੁੱਖ ਆਇਆ ਹੈ ਉਹਨੂੰ ਫਨਾ ਹੋਣਾ ਪਵੇਗਾ ਉਹਨੂੰ ਜਾਣਾ ਜ਼ਰੂਰ ਪਵੇਗਾ ਤਹਿਕੀਕ ਦਿਲ ਦਾ ਨੀ ਆਪਣੇ ਅੰਦਰ ਖੋਜ ਕਰਕੇ ਦੇਖ ਲੋ ਵਿਚਾਰ ਕਰਕੇ ਦੇਖ ਲੋ ਵੀ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਦੁਨੀਆ ਵਿੱਚ ਜਿਹੜਾ ਜਿਹੜਾ ਮਨੁੱਖ ਜਿਸ ਥਾਂ ਤੇ ਆਇਆ ਹੈ ਉਹ ਸਾਰੀ ਥਾਵਾਂ ਤੇ ਆਣ ਵਾਲੇ ਮਨੁੱਖ ਸਾਰੇ ਜੀਵ ਸਭ ਧਰਤੀ ਅਕਾਸ਼ ਨਖਤਰ ਆਦਿਕ ਇਹ ਖਤਮ ਹੋਣ ਵਾਲੇ ਹਨ ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੀਚ ਨਦਾਨੀ ਐ ਮੁੱਲਾ ਜੀ ਮੇਰੇ ਸਰ ਦੇ ਕੇਸ ਮਮ ਸਰ ਮੂਏ ਮੂਏ ਕਹਿੰਦੇ ਵਾਲ ਕੇਸ ਅਜ਼ਰਾਈਲ ਗ੍ਰਿਫਤ ਹੈ ਗ੍ਰਿਫਤ ਕਹਿੰਦੇ ਪਕੜੇ ਹੋਏ ਹਨ ਕਿ ਮੌਤ ਦਾ ਫਰਿਸ਼ਤਾ ਹੈ ਅਜ਼ਰਾਈਲ ਉਹਨੇ ਮੇਰੇ ਸੀਸ ਦੇ ਕੇਸ ਪਕੜੇ ਹੋਏ ਹਨ ਦਿਲ ਹੈ ਚਨਾਦਾਨੀ ਉਹਦੇ ਮਨ ਵਿੱਚ ਥੋੜਾ ਜਿਹਾ ਵੀ ਕੋਈ ਦਾਨ ਭਾਵਨਾ ਨਹੀਂ ਤਰਸ ਨਹੀਂ ਦਇਆ ਨਹੀਂ ਹੈ ਜਦੋਂ ਸਮਾਂ ਆਣ ਹੈ ਉਹਨੇ ਉਖੇ ਚ ਲੈਣਾ ਪਰ ਚੱਲ ਪਈ ਪਰ ਸਭੰ ਸੀਸ ਕੇ ਸੰਗ ਸਹੀ ਕਾਲ ਨਾਚੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਛੇਮ ਪਾਵੈ ਕਿ ਸਭਨਾ ਦੇ ਸਿਰ ਉੱਤੇ ਸ੍ਰੀ ਕਾਲ ਮੌਤ ਮੰਡਰਾ ਰਹੀ ਹੈ ਸਾਡੇ 21 ਮੌਤ ਦੇ ਫਰਿਸ਼ਤੇ ਜੰਦੂਤ ਨੇ ਪਕੜੇ ਹੋਏ ਹਨ ਅਜ਼ਰਾਈਲ ਨੇ ਖਾਲਸਾ ਸਾਨੂੰ ਕਾਬੂ ਕੀਤਾ ਹੋਇਆ ਹੈ ਜਦੋਂ ਕਿਸੇ ਦਾ ਸਮਾਂ ਆਣਾ ਉਹਨੇ ਤਰਸ ਨਹੀਂ ਕਰਨਾ ਉਹਨੇ ਨਹੀਂ ਵੇਖਣਾ ਕਿ ਬੱਚਾ ਹੈ ਨੌਜਵਾਨ ਹੈ ਬਜ਼ੁਰਗ ਹੈ ਰਾਜਾ ਹੈ ਭਿਖਾਰੀ ਹੈ ਇਸਤਰੀ ਹੈ ਪੁਰਖ ਹੈ ਨਹੀਂ ਵੇਖਣਾ ਬਾਰੇ ਬੂਡੇ ਤਰੁਨੇ ਭਈਆ ਸਭੂ ਜਮ ਲੈ ਜਈ ਹੈ ਰੇ ਸਭਨਾ ਨੂੰ ਲੈ ਜਾਣਾ ਹੈ ਉਹਨੇ ਤਰਸ ਨਹੀਂ ਕਰਨਾ ਦਿਲ 헤ਚ ਨਾ ਦਾਨੀ ਥੋੜੀ ਵੀ ਉਹਦੇ ਮਨ ਵਿੱਚ ਤਰਸ ਨਹੀਂ ਹੈ ਰਹਾਓ ਇਹ ਰਹਾਓ ਦੀ ਪੰਕਤੀ ਜਦੋਂ ਮਹਾਰਾਜ ਜੀ ਨੇ ਪਹਿਲਾ ਉਚਾਰਨ ਕੀਤੀ ਹੈ ਚੋਪਈ ਜੇ ਮਮ ਦਸ਼ਾ ਚਾਹ ਤੂੰ ਜਾਨਾ ਤੁਹਾਨੂੰ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਮੁੱਲਾਂ ਜੀ ਮੇਰੇ ਮਨ ਦਾ ਹਾਲ ਜਾਣਨਾ ਚਾਹੁੰਦੇ ਹੋ ਜਾਣਨਾ ਚਾਹੁੰਦੇ ਹੋ ਕਿ ਮੇਰਾ ਮਨ ਕੀ ਸੋਚ ਰਿਹਾ ਹੈ ਸਾਡੇ ਮਨ ਵਿੱਚ ਕੀ ਹੈ ਤੇ ਸੁਣੋ ਜੀ ਤੋ ਸ਼੍ਰुत ਦੇ ਕਰ ਸੁਣ ਮੋਲਾਣਾ ਬੁੱਲਾ ਜੀ ਮੋਲਾਣਾ ਜੀ ਕੰਨ ਖੋਲ ਕੇ ਸੁਣੋ ਆਪਣੇ ਕੰਨ ਦੇ ਕੇ ਸੁਣੋ ਚੰਗੀ ਤਰ੍ਹਾਂ ਸੁਣੋ ਸਾਡੇ ਮਨ ਦਾ ਕੀ ਹਾਲ ਹੈ ਸ੍ਰੀ ਪਰਮੇਸ਼ਵਰ ਨਾਮ ਜੋਲੀਨਾ ਜਿਹੜਾ ਅਕਾਲ ਪੁਰਖ ਦਾ ਨਾਮ ਵਾਹਿਗੁਰੂ ਨਾਮ ਹੈ ਕੋਈ ਵੀ ਨਾਮ ਰੱਬ ਦਾ ਪਰਮਾਤਮਾ ਦਾ ਨਾਮ ਹੈ ਯਾ ਤੇ ਤੁਮ ਸੋ ਉੱਤਰ ਦੀਨੋ ਤੁਸੀਂ ਖੁਦਾ ਦਾ ਨਾਮ ਲਿਆ ਖੁਦਾ ਦਾ ਵਾਸਤਾ ਹੈ ਤੁਹਾਨੂੰ ਖੁਦਾ ਦੇ ਵਾਸਤੇ ਲਈ ਕਹਿ ਰਹੇ ਆ ਵੈਸੇ ਨਹੀਂ ਤੁਹਾਨੂੰ ਬੋਲਣਾ ਸੀ ਅਸੀਂ ਜੇਡਾ ਕਵੇ ਤੁਹਾਨੂੰ ਖੁਦਾ ਦਾ ਵਾਸਤਾ ਹੈ ਹੁਣ ਤਾਂ ਬੋਲ ਦੋ ਹੁਣ ਤਾਂ ਵੀ ਤਰਸ ਕਰੋ ਤੇ ਮੋਲਾ ਜੀ ਤੁਸੀਂ ਖੁਦਾ ਦੇ ਸਾਨੂੰ ਵਾਸਤੇ ਦੇ ਰਹੇ ਹੋ ਇਸ ਕਰਕੇ ਤੁਹਾਨੂੰ ਇਹਦਾ ਉੱਤਰ ਦੇਣ ਲੱਗੇ ਹਾਂ ਜੋ ਮਨ ਸਮਝਿਓ ਦੁਨੀ ਮਕਾਮੂ ਜਿਨ੍ਹਾਂ ਨੇ ਮਨ ਵਿੱਚ ਇਹ ਸਮਝ ਲਿਆ ਕਿ ਦੁਨੀਆ ਇੱਕ ਮੁਕਾਮ ਹੈ ਇਹ ਕਿਹੜਾ ਮੁਕਾਮ ਹੈ ਜਿੱਥੇ ਜਿਹੜਾ ਆਇਆ ਉਹਨੂੰ ਜਾਣਾ ਪਵੇਗਾ ਇਹ ਕਿਰਾਏ ਦਾ ਮਕਾਨ ਹੈ ਖਾਲਸਾ ਜੀ ਉਹ ਜਗ੍ਹਾ ਹੈ ਅੱਜ ਇੱਥੇ ਬੈਠੇ ਆਂ ਜਿਸ ਆਸਣ ਹਮ ਬੈਠੇ ਇਥੇ ਬੈਸ ਗਿਆ ਜਿਸ ਧਰਤੀ ਤੇ ਅਸੀਂ ਸਾਰੇ ਬੈਠੇ ਆ ਨਾ ਇਥੇ ਕਥਾ ਕਰਨ ਵਾਲੇ ਕਥਾ ਪੜਨ ਵਾਲੇ ਕਥਾ ਸੁਣਨ ਵਾਲੇ ਕਈ ਆ ਇਥੇ ਕਈ ਚਲੇ ਗਏ ਇਸ ਧਰਤੀ ਤੇ ਜਿੱਥੇ ਸਾਡੇ ਘਰ ਹਨ ਉਸ ਘਰ ਵਿੱਚ ਕਈ ਆ ਇਥੇ ਕਈ ਚਲੇ ਗਏ ਇਸ ਦੇਸ਼ ਵਿੱਚ ਪਰਦੇਸ਼ਾਂ ਵਿੱਚ ਅਨੇਕਾਂ ਬੰਦੇ ਆ ਰਹੇ ਨੇ ਅਨੇਕਾਂ ਰੋ ਜਾ ਰਹੇ ਹਨ ਇਹ ਐਸੀ ਧਰਤੀ ਹੈ ਦੁਨੀਆ ਮੁਕਾਮੇ ਫਾਨੀ ਇਹ ਦੁਨੀਆ ਦਾ ਮੁਕਾਮ ਕਿਹਦਾ ਹੈ ਤੋ ਜਾਨੋ ਝੂਠੋ ਬਿਨ ਨਾਮੋ ਇਹ ਜਾਨੋ ਕਿ ਨਾਮ ਤੋਂ ਬਿਨਾ ਸਭ ਝੂਠਾ ਹੈ ਪਾਨੀ ਖਤਮ ਹੋਣ ਵਾਲਾ ਹੈ ਝੂਠਾ ਹੈ ਨਾਸ਼ਵਾਨ ਹੈ ਜਿੱਥੇ ਨਾਮ ਹੈ ਉਥੇ ਸਭ ਸੱਚ ਹੈ ਨਾਮ ਕਦੀ ਖਤਮ ਨਹੀਂ ਹੁੰਦਾ ਜਿਹਦੇ ਹਿਰਦੇ ਚ ਨਾਮ ਵਸ ਗਿਆ ਉਹ ਸੱਚਖੰਡ ਵਿੱਚ ਵਸਦਾ ਹੈ ਜਿਹਦੇ ਹਿਰਦੇ 'ਚ ਨਾਮ ਨਹੀਂ ਵਸਦਾ ਉਹਦੇ 'ਚ ਸਭ ਕੁਝ ਖਤਮ ਵੀ ਖਤਮ ਹੈ ਬਾਕੀ ਨਾਮ ਸੱਚ ਹੈ ਦੁਨੀਆ ਦਾ ਪਸਾਰਾ ਝੂਠ ਹੈ ਹਰ ਚੰਦੌਰੀ ਪੁਨ ਤਨ ਛਾਇਆ ਦੇਖੋ ਮੁੱਲਾਂ ਜੀ ਹਰ ਚੰਦੌਰੀ ਇਹ ਮੰਨਿਆ ਜਾਂਦਾ ਹੈ ਕਿ ਰਾਜੇ ਹਰੀਸ਼ ਚੰਦਰ ਦੀ ਨਗਰੀ ਜੋ ਬਦਲਾਂ ਵਿੱਚ ਆਕਾਸ਼ ਵਿੱਚ ਨਜ਼ਰ ਆਉਂਦੀ ਹੈ ਪਰ ਹੈ ਨਹੀਂ ਕੋਈ ਕੇਵਲ ਭੁਲੇਖਾ ਹੈ ਖਾਲਸਾ ਜੀਓ ਦੂਜਾ ਬਦਲਾਂ ਦੀ ਛਾਂ ਬੱਦਲ ਦੀ ਛਾਂ ਨਹੀਂ ਰਹਿੰਦੀ ਇਹ ਤਾਂ ਅੱਜ ਇੱਥੇ ਹੈ ਕੱਲ ਕਿੱਥੇ ਹੋਵੇਗੀ ਜਿਵੇਂ ਹਰ ਚੰਦੋਰੀ ਹੈ ਨਹੀਂ ਭੁਲੇਖੇ ਵਾਲੀ ਹੈ ਬਦਲਾਂ ਦੀ ਛਾਂ ਹੈ ਨਹੀਂ ਕੇਵਲ ਭੁਲੇਖਾ ਪੈਦਾ ਕਰਨ ਵਾਲੀ ਹੈ ਇਸੇ ਤਰ੍ਹਾਂ ਇਹ ਦੁਨੀਆ ਅਸੀਂ ਸਮਝਿਆ ਸੱਚ ਹੈ ਸੱਚ ਨਹੀਂ ਇਹ ਨਾਸ਼ਵਾਨ ਹੈ ਸੁਪਨਾ ਜਿਉ ਬਾਜੀ ਕਰ ਮਾਇਆ ਜਿਵੇਂ ਸੁਪਨਾ ਹੈ ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖਿਲਾਏ ਇਹ ਦੁਨੀਆ ਸੁਪਨੇ ਦੀ ਨਿਆਈ ਹੈ ਜੀਵਿਤ ਬਾਜੀ ਕਰਦੀ ਬਾਜੀ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਭੇਖ ਉਹ ਨਾਨਾ ਤਰ੍ਹਾਂ ਦੇ ਭੇਖ ਕਰਦਾ ਹੈ ਉਹਦੀ ਬਾਜੀ ਝੂਠੀ ਹੈ ਜਦੋਂ ਬਾਜੀ ਖਤਮ ਹੁੰਦੀ ਹੈ ਸਾਰਾ ਪਸਾਰਾ ਉਹ ਚੁੱਕ ਕੇ ਲੈ ਜਾਂਦਾ ਹੈ ਇਸੇ ਤਰ੍ਹਾਂ ਇਹ ਦੁਨੀਆ ਵਿੱਚ ਅਸੀਂ ਸਾਰੇ ਆਏ ਹਾਂ ਇਹ ਬਾਜੀ ਕਰਦੀ ਬਾਜੀ ਤਰ੍ਹਾਂ ਅਸੀਂ ਹੱਸਦੇ ਹਾਂ ਖੇਡਦੇ ਹਾਂ ਟੱਪਦੇ ਹਾਂ ਔਰ ਅਨੇਕ ਤਰ੍ਹਾਂ ਦੇ ਕੰਮ ਕਰਦੇ ਹਾਂ ਲਕ ਇਨ ਸਾਚ ਕਰੇ ਜੋ ਗਹਾਵਾ ਇਹਨਾਂ ਨੂੰ ਸੱਚ ਆਂਦਾ ਨਾ ਵੀ ਇਹ ਸੱਚ ਹੈ ਹਰ ਚੰਦੋਰੀ ਨੂੰ ਸੱਚ ਜਾਣਦਾ ਹੈ ਬਦਲਾਂ ਦੀ ਛਾਂ ਨੂੰ ਸੱਚ ਜਾਣਦਾ ਹੈ ਦੁਨੀਆ ਨੂੰ ਸੱਚ ਜਾਣਦਾ ਹੈ ਬਾਜੀਗਰ ਦੀ ਬਾਜੀ ਨੂੰ ਸੱਚ ਜਾਣਦਾ ਹੈ ਤੇ ਉਹ ਬੰਦਾ ਪਕੜਿਆ ਹੋਇਆ ਹੈ ਉਸ ਬੰਦੇ ਦੇ ਕੇਸ ਉਦੇ ਵਾਲ ਉਹਦੇ ਮੂਹੇ ਅਜ਼ਰਾਈਲ ਨੇ ਪਕੜੇ ਹੋਏ ਹਨ ਉਹ ਮੌਤ ਹੀ ਰਹੀ ਨੇ ਬਸ ਸਮਝੋ ਉਹ ਜਿੰਦਾ ਨਹੀਂ ਉਹ ਮਰਿਆ ਹੀ ਹੋਇਆ ਹੈ ਅੰਤ ਕਾਲ ਤੈ ਹੋਏ ਪਛਤਾਵਾ ਤੇ ਅੰਤ ਵੇਲੇ ਉਹਨੂੰ ਪਛਤਾਵਾ ਹੋਵੇਗਾ ਕਿ ਮੈਂ ਤਾਂ ਇੱਥੇ ਕੀ ਕਰਨ ਆਇਆ ਸੀ ਆਇਆ ਸੀ ਨਾਮ ਜਪਣ ਲਈ ਭਗਤੀ ਕਰਨ ਲਈ ਪ੍ਰਾਨੀ ਤੂ ਆਇਆ ਲਾਹ ਲੈਣ ਲੱਗਾ ਕਿਤਕੂ ਫਕੜੇ ਸਭ ਮੁਖ ਦੀ ਚੱਲੀ ਰਹਿਣ ਇਹ ਸਾਡਾ ਹਾਲ ਬਣ ਗਿਆ ਹੈ ਕਿ ਜਿਸ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਦੁਨੀਆ ਦੀ ਬਾਜੀ ਨੂੰ ਸੱਚਾ ਜਾਣਦਾ ਹੈ ਅੰਤ ਵੇਲੇ ਪਛਤਾਵੇਗਾ ਜੋ ਜਾਣੇ ਇਹ ਮਿੱਤਿਆ ਬਿਆਸੀ ਤੇ ਜਿਨ੍ਹਾਂ ਨੇ ਜਾਣਿਆ ਇਹ ਦੁਨੀਆ ਦੀ ਮਾਇਆ ਮਿੱਤਿਆ ਹੈ ਇਕਾਲ ਜਾਲ ਦਾ ਪਸਾਰਾ ਝੂਠਾ ਹੈ ਇਹ ਬਾਜੀਗਰ ਦੀ ਮਾਇਆ ਬਾਜੀ ਵਾਂਗ ਹੈ ਇਹ ਹੈ ਨਹੀਂ ਐਸੇ ਜਿਨ੍ਹਾਂ ਨੇ ਮਿੱਥਿਆ ਕਰਕੇ ਜਾਣ ਲਿਆ ਹੈ ਤੋ ਤਿੰਨ ਕੇ ਨਾ ਹੋਏ ਬਿਸਵਾਸੀ ਤੇ ਖਾਲਸਾ ਜੀ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਉਹ ਸਭ ਤੋਂ ਉੱਪਰ ਰਹਿੰਦੇ ਹਨ ਉਹਨਾਂ ਦੇ ਸੀਸ ਦੇ ਵਾਲ ਨਹੀਂ ਪਕੜਦੇ ਉਹ ਕੋ ਸਤਨਾ ਸ੍ਰੀ ਵਾਹਿਗੁਰੂ ਉਹ ਸਿੱਧਾ ਸੱਚਖੰਡ ਉਡਾਰੀ ਮਾਰਦੇ ਖਾਲਸਾ ਜੀ ਦੁਨੀਆਂ ਦੇ ਮਨੁੱਖਾਂ ਦੇ ਵਾਲ ਕੇਸ ਕਿਸ ਤੇ ਮੌਤ ਮਡਰਾਂਦੀ ਏ ਉਹ ਡਰ ਪੈਦਾ ਹੈ ਇਹ ਡਰ ਉਹਨਾਂ ਨੂੰ ਹੈ ਜਿਹੜੇ ਰੱਬ ਦਾ ਨਾਮ ਭੁੱਲੇ ਹੋਏ ਹਨ ਜਿਨ੍ਹਾਂ ਰੱਬ ਦਾ ਨਾਮ ਚੇਤੇ ਹੈ ਉਹ ਖਾਲਸੇ ਸਾਰੇ ਮੌਤ ਦੇ ਡਰਾਂ ਤੋਂ ਪਰੇ ਹਨ ਸਭ ਤੋਂ ਪਰੇ ਹਨ ਤੇ ਉਹ ਤਾਂ ਜਦੋਂ ਉਡਾਰੀ ਮਾਰਨੀ ਹੈ ਇੱਕਦਮ ਸੱਚਖੰਡ ਹੀ ਰਹਿੰਦੇ ਇੱਥੇ ਵੀ ਸੱਚਖੰਡ ਉਹਨਾਂ ਲਈ ਤਰੀ ਦੇ ਵਿੱਚ ਵੀ ਸੱਚਖੰਡ ਹੈ ਤਰੀ ਛੱਡ ਕੇ ਜਾਣਾ ਤਾਂ ਵੀ ਸੱਚਖੰਡ ਜਾਂਦੇ ਹਨ ਤਾਂ ਤੇ ਜਗਤ ਪਦਾਰਥ ਪ੍ਰੀਤਾ ਇਸ ਕਰਕੇ ਇਹ ਮੁੱਲਾਂ ਜੀ ਇਹ ਵਿਚਾਰ ਕਰ ਲੋ ਜਿੰਨੇ ਜਗਤ ਦੇ ਪਦਾਰਥ ਹਨ ਇਸ ਨਾਲ ਪ੍ਰੀਤ ਕਰਨੀ ਪਿਆਰ ਕਰਨਾ ਸਨੇਹ ਕਰਨਾ ਮੋਹ ਪਾਣਾ ਹੋ ਨਾ ਕਰੋ ਜੇ ਹੋਏ ਬਿਪਰੀਤਾ ਮੈਂ ਨਹੀਂ ਕਰਦਾ ਜਿਹੜੇ ਹੈ ਹੀ ਉਲਟ ਜਿਹੜੇ ਮੋਹ ਪਾਣਾ ਹੀ ਗਲਤ ਹੈ ਵਿਥਿਆ ਵਸਤੂ ਨਾਲ ਸਨੇਹ ਪਾਣਾ ਗਲਤ ਹੈ ਅਸੀਂ ਨਹੀਂ ਕਰਦੇ ਇਹ ਮੁੱਲਾ ਜੀ ਅਸੀਂ ਤਾਂ ਇਸ ਨਾਲ ਮੋਹ ਤੋੜ ਰਹੇ ਹਾਂ ਸਿਰ ਪਰ ਡਰ ਨਿਤ ਅਜ਼ਰਾਈ ਲਾ ਸਾਡੇ ਸਭਨਾ ਦੇ ਸੀਸ ਤੇ ਅਜ਼ਰਾਈਲ ਮੌਤੇ ਦੇਵਤੇ ਦਾ ਡਰ ਹੈ ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਹੈ ਦਿਲਹੇਚ ਨਾ ਦਾ ਨਹੀਂ ਉਹ ਸਾਡੇ ਸੀਸ ਤੇ ਸਭਨਾ ਦੇ ਸੀਸ ਤੇ ਹੈ ਭਾਲ ਮਨਮੁਖਾਂ ਦੇ ਸੀਸ ਤੇ ਹੈ ਗੁਰੂ ਨਾਨਕ ਪਾਤਸ਼ਾਹ ਦੇ ਸੀਸ ਤੇ ਨਹੀਂ ਇਹ ਮਤ ਸੋਚਣਾ ਪਾਤਸ਼ਾਹ ਸਾਡੀ ਦਸ਼ਾ ਦੱਸ ਰਹੇ ਹਨ ਦੁਨੀਆ ਦੀ ਦਸ਼ਾ ਕਿ ਦੁਨੀਆ ਨੂੰ ਜਿਹਨਾਂ ਨੇ ਨਾਮ ਭੁੱਲਿਆ ਹੋਇਆ ਹੈ ਰੱਬ ਦਾ ਨਾਮ ਚੇਤੇ ਨਹੀਂ ਉਹਨਾਂ ਦੇ ਸੀਸ ਤੇ ਇਹ ਮੌਤ ਦਾ ਫਰਿਸ਼ਤਾ ਹੈ ਗਹਿਲੇ ਜਾਵੇਂ ਜੋ ਬਿਨ ਢੀਲਾ ਬਿਨਾ ਢਿੱਲ ਤੋਂ ਬਿਨਾ ਦੇਰੀ ਤੋਂ ਪਕੜ ਕੇ ਲੈ ਜਾਣਾ ਹੈ ਉਹਨਾਂ ਨੇ ਦਿਲਹੇਚ ਨਾਦਾਨੀ ਤਰਸ ਨਹੀਂ ਕਰਨਾ ਉਹਨਾਂ ਨੇ ਨਹੀਂ ਦੇਖਣਾ ਜੇ ਬੱਚਾ ਹੈ ਜਰਣੀ ਜਾਣਤ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਦ ਕੱਟਤ ਹੈ ਮਾਂ ਦੇਖਦੀ ਕਿ ਮੇਰਾ ਬੱਚਾ ਵੱਡਾ ਹੋ ਰਿਹਾ ਹੈ ਪਰ ਇਹ ਨਹੀਂ ਦੇਖਦੀ ਇਹਦੀ ਉਮਰ ਘਟਦੀ ਜਾ ਰਹੀ ਹੈ ਉਧਰ ਪੇਖਤ ਹੀ ਜਮਰਾਓ ਹਸੈ ਜਮਰਾਓ ਹੱਸਦੇ ਹਨ ਕਿ ਇਹਦਾ ਸਮਾਂ ਪੂਰਾ ਇਹਨੂੰ ਲੈ ਜਾਓ ਭਾਈ ਉਹਨਾਂ ਦੇ ਮਨ ਵਿੱਚ ਕੋਈ ਤਰਸ ਨਹੀਂ ਉਹਨਾਂ ਨੂੰ ਢੀਲ ਨਹੀਂ ਕਰਨੀ ਜਦੋਂ ਸਮਾਂ ਆਣਾ ਹੈ ਆਪੇ ਲੈ ਜਾਣਾ ਹੈ ਅਸ ਡਰ ਧਰ ਕਰ ਹਉ ਉਰਮਾਹੀ ਇਸ ਤਰ੍ਹਾਂ ਦਾ ਡਰ ਧਾਲਨ ਕਰਕੇ ਅਸੀਂ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਭਵ ਵਿਵਹਾਰ ਹੋਤ ਹਿਤ ਨਾਹੀ ਤੇ ਰੱਬ ਦਾ ਨਾਮ ਤਾਂ ਜਪਦੇ ਆ ਪਰ ਦੁਨੀਆ ਦੇ ਝੂਠੇ ਵਿਵਹਾਰਾਂ ਤੋਂ ਦੂਰ ਹੋ ਗਏ ਹੁਣ ਇਹ ਜਿਹੜੇ ਝੂਠੇ ਵਿਵਹਾਰ ਹਨ ਇਹਨਾਂ ਤੋਂ ਅਸੀਂ ਪਰੇ हट ਗਏ ਆ ਸਾਡੇ ਤੋਂ ਇਹ ਨਹੀਂ ਹੁੰਦੇ ਕੇਵਲ ਰੱਬ ਦਾ ਨਾਮ ਵੀ ਜਪਦੇ ਹਾਂ ਬਿਸਮਿਓ ਮਨ ਇਮ ਸੁਨਤ ਮੋਲਾਣਾ ਜਦੋਂ ਮੋਲਾ ਨੇ ਸੁਣਿਆ ਵੀ ਇਤਨੀ ਛੋਟੀ ਉਮਰ ਇਤਨੇ ਗਿਆਨਮਈ ਬਚਨ ਇਹ ਤਾਂ ਬਚਨ ਅਜੇ ਤੱਕ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਸੁਣੇ ਤੇ ਸੁਣ ਕੇ ਬੜਾ ਹੈਰਾਨ ਹੋਇਆ ਸ੍ਰੀ ਗੁਰ ਸੋ ਪੁਨ ਬਚਨ ਬਖਾਨਾ ਸਤ ਗੁਰ ਨਾਨਕ ਮਹਾਰਾਜ ਜਿਹਨੂੰ ਮੁਲਾਣੇ ਨੇ ਫਿਰ ਬੰਤੀ ਕੀਤੀ ਹੈ ਅਬ ਲੋ ਤੁਮਰੀ ਬਾਲਕ ਬੈਸਾ ਕਹਿਣ ਲਗਾ ਬਾਹਾ ਸਾ ਜੀ ਨਾਨਕ ਜੀ ਉਹਨੇ ਨਾਨਕ ਕਹਿਣਾ ਸੀ ਨਾ ਉਹਨਾਂ ਦੀ ਅਜੇ ਗੁਰਨਾਨਕ ਨਹੀਂ ਨਾਨਕ ਹੈ ਪ੍ਰਸਾਦੇ ਲਈ ਧਨ ਗੁਰੂ ਨਾਨਕ ਮਹਾਰਾਜ ਕਹਿਣ ਲਗਾ ਗੁਰੂ ਨਾਨਕ ਮਹਾਰਾਜ ਜੀ ਅਜੇ ਤੁਹਾਡੀ ਉਮਰ ਛੋਟੀ ਹੈ ਤੁਸੀਂ ਬੱਚੇ ਹੋ ਤੁਹਾਡੀ ਬੱਚਿਆਂ ਵਾਲੀ ਉਮਰ ਹੈ ਬਚਨ ਉਚਾਰ ਤੋ ਮੁਖ ਕੈਸਾ ਤੁਸੀਂ ਆਪਣੇ ਮੁਖ ਤੋਂ ਕਿਸ ਤਰ੍ਹਾਂ ਦੇ ਬਚਨ ਉਚਾਰ ਰਹੇ ਹੋ ਬੱਚੇ ਹੋ ਕੇ ਉਮਰ ਤੁਹਾਡੀ ਕਿਤਨੀ ਹੈ 6-7 ਸਾਲ ਦੀ ਹੈ ਤੁਸੀਂ ਬਚਨ ਉਚਾਰਦੇ ਹੋ ਅਸੀਂ 90 ਸਾਲ ਵਾਲੇ ਮਰੂਖਾਂ ਲਈ ਜੀਵਨ ਦੇ ਉਹ ਬਚਨ ਕਹਿੰਦੇ ਉਹ ਬਚਨ ਵੀ ਨਹੀਂ ਵੈਸੇ ਕਹਿੰਦੇ ਇਹ ਤਾਂ ਸੰਤ ਮਹਾਤਮਾ ਰੱਬੀ ਰੱਬ ਦੇ ਪਿਆਰੇ ਹੀ ਕਹਿੰਦੇ ਹਨ ਤੁਹਾਡੇ ਬਚਨ ਤਾਂ ਸੰਤਾ ਮਹਾਂਪੁਰਖਾਂ ਵਾਲੇ ਹਨ ਹਮ ਸੀ ਬ੍ਰਿੱਧ ਆਰ ਬਲ ਬੀਤੀ ਦੇਖੋ ਸਾਡੀ ਕਿੰਨੀ ਉਮਰ ਲੰਘ ਗਈ ਹੈ 70 80 ਸਾਲ ਸਾਡੇ ਲੰਘ ਗਏ ਉਮਰ ਲੰਘ ਗਈ ਸਾਡੀ ਤਿੰਨ ਕੋ ਚਈਤ ਹੈ ਅਸ ਰੀਤੀ ਉਹਨਾਂ ਲਈ ਐਸੀ ਅਵਸਥਾ ਹੋਣੀ ਚਾਹੀਦੀ ਬਿਰਾਗਮਈ ਅਵਸਥਾ ਤੁਹਾਨੂੰ ਕੀ ਲੋੜ ਹੈ ਜੇ ਬਿਰਾਗ ਕਰਨ ਦੀ ਇਹ ਛੋਟਾ ਬੱਚਾ ਬਿਰਾਗ ਕਰੇ ਉਹਦੇ ਲਈ ਜਾਇਜ਼ ਨਹੀਂ ਇਹ ਤਾਂ ਉਹਨਾਂ ਲਈ ਹੈ ਜਿਨ੍ਹਾਂ ਦੀ ਉਮਰ ਲੰਘ ਗਈ ਹੈ 70 80 ਸਾਲ 90 ਸਾਲ ਦੇ ਨੇੜੇ ਪਹੁੰਚ ਗਏ ਹਨ ਤੇ ਉਹਨਾਂ ਦੀ ਐਸੀ ਅਵਸਥਾ ਹੋਣੀ ਚਾਹੀਦੀ ਹੈ ਕਿ ਉਹ ਬਿਰਾਗ ਕਰਨਾ ਅਬ ਬਾਲਕ ਲੀਲਾ ਉਰਤਰੀਏ ਨਾਨਕ ਜੀ ਛੱਡੋ ਇਸ ਗੱਲ ਨੂੰ ਛੱਡੋ ਵਿਰਾਗ ਨੂੰ ਮਨੁੱਖੀ ਲੀਲਾ ਕਰੋ ਜਿਵੇਂ ਬੱਚੇ ਖੇਡਦੇ ਹਨ ਖੇਡੋ ਅਸੋ ਖਾਓ ਤੇ ਆਨੰਦ ਮਾਣੋ ਏਕ ਫਿਕਰ ਕੋ ਜ਼ਿਕਰ ਨਾ ਕਰੀਏ ਕੋਈ ਫਿਕਰ ਨਾ ਕਰੋ ਛੱਡੋ ਸਾਰੇ ਫਿਕਰ ਇੱਕ ਵੀ ਚਿੰਤਾ ਨਾ ਕਰੋ ਆਪਣੇ ਮਨ ਵਿੱਚ ਕੋਈ ਗੱਲਬਾਤ ਨਾ ਸੋਚੋ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ ਕੁਝ ਨਹੀਂ ਹੁੰਦਾ ਤਰਨ ਹੋਏ ਤਨ ਬਨਤਾ ਸੰਗਾ ਜਦੋਂ ਨੌਜਵਾਨ ਹੋਗੇ ਤੁਹਾਡੇ ਕੋਲ ਮਾਇਆ ਆਵੇਗੀ ਪੈਸਾ ਕਮਾਓਗੇ ਤੁਹਾਡਾ ਵਿਆਹ ਹੋਵੇਗਾ ਸੁਖ ਭੋਗੋ ਕਰ ਹਿਰਦੇ ਉਮੰਗਾ ਫਿਰ ਸੁਖ ਦੇ ਨਾਲ ਰਹਿਣਾ ਅਜੇ ਤਾਂ ਤੁਹਾਡੀ ਛੋਟੀ ਉਮਰ ਹੈ ਆਨੰਦ ਵਿੱਚ ਬਤੀਤ ਹੋ ਜਾਓ ਚਿੰਤਾ ਛੱਡੋ ਖਾਓ ਪੀਓ ਖੇਡੋ ਜਦੋਂ ਨੌਜਵਾਨ ਹੋਵੋਗੇ ਫਿਰ ਨੌਕਰੀ ਕਰੋਗੇ ਪੈਸਾ ਕਮਾਓਗੇ ਤੁਹਾਡਾ ਵਿਆਹ ਹੋਵੇਗਾ ਤੇ ਵਿਆਹ ਹੋਣ ਤੋਂ ਬਾਅਦ ਤੁਹਾਡੇ ਬੱਚੇ ਹੋਣਗੇ ਫਿਰ ਆਪਣੇ ਇਸ ਤਰ੍ਹਾਂ ਦੇ ਚਿੰਤਾ ਕਰਨਾ ਅਸ ਬਿਦ ਬ੍ਰਿੱਧ ਹੋਏ ਕਰ ਕੀਜੈ ਇਸ ਤਰ੍ਹਾਂ ਦੀ ਜਿਹੜੀ ਚਿੰਤਾ ਹੈ ਬੁਢੇਪੇ ਚ ਕਰਨਾ ਹੁਣ ਛੱਡੋ ਚਿੰਤਾ ਨੂੰ ਕਿ ਸਾਡੇ ਸੀਸ ਦੇ ਵਾਲ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਚਿੰਤਾ ਛੱਡ ਦੋ ਇਹ ਚਿੰਤਾ ਬੁਢੇਪੇ ਚ ਹੋਣੀ ਚਾਹੀਦੀ ਹੈ ਅਬ ਸੰਬੰਧਿਨ ਕੋ ਸੁਖ ਦੀਜੈ ਚਲੋ ਛੱਡੋ ਚਿੰਤਾ ਨੂੰ ਪਰੇ ਕਰੋ ਉਠੋ ਹੁਣ ਖੇਡੋ ਤੇ ਹੁਣ ਤੁਹਾਡੇ ਸਾਥ ਸਬੰਧੀ ਸਾਰੇ ਬੈਠੇ ਹਨ ਸੁਖ ਦਵੋ ਇਹਨਾਂ ਨੂੰ ਸ੍ਰੀ ਨਾਨਕ ਸੁਨ ਕਰ ਤੈ ਬਾਨੀ ਮੁੱਲਾਂ ਦੇ ਇਹ ਬਚਨ ਸੁਣ ਕੇ ਧੰਗੁਰ ਨਾਨਕ ਮਹਾਰਾਜ ਜੀ ਨੇ ਜੋ ਬੇ ਮੁਖਤਾ ਪਦ ਹਰਸਾਨ ਕਰਸਾਨੀ ਅੱਖੋ ਸਤਨਾਮ ਸ੍ਰੀ ਵਾਹਿ ਅਸੀਂ ਵੀ ਇਹ ਸਾਰੇ ਇਸ ਤਰੀਕੇ ਕਹਿੰਦੇ ਆਂ ਬਿਛੜ ਅਜੇ ਖਾ ਪੀ ਲੈ ਅਜੇ ਕੀ ਲੋੜ ਐ ਅਮਰ ਚੱਕਣ ਦੀ ਅਖੀਰ ਵੇਲੇ ਚੱਕਾਂਗੇ ਜਾ ਕੇ ਅਜੇ ਕਿ ਲੋੜ ਹੈ ਗੁਰਦੁਆਰੇ ਜਾਣ ਦੀ ਤਾਂ ਵੇਲੇ ਦਾ ਕੰਮ ਹੈ ਬੁੱਢਿਆਂ ਦਾ ਕੰਮ ਹੈ ਬੁੱਢੇ ਵੇਲੇ ਜਾਵਾਂਗੇ ਅਜੇ ਕਿ ਲੋੜ ਹੈ ਨਾਮ ਜਪਣ ਦੀ ਜਪਾਂਗੇ ਅਖੀਰ ਵੇਲੇ ਉਦੋਂ ਕੀ ਹੋਣਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਮਹਾਰਾਜ ਆਪ ਕਹਿਣ ਲੱਗੇ ਉਹਦੇ ਬਚਨ ਬੇਮੁਖਤਾ ਵਾਲੇ ਜਿਸ ਵਿੱਚ ਗੁਰਮੁਖਤਾ ਨਹੀਂ ਰੱਬ ਤੋਂ ਬੇਮੁਖਤਾ ਹੈ ਉਹ ਬਚਨ ਸੁਣ ਕੇ ਬੋਲੇ ਪਰਮ ਮਨੋਹਰ ਬਚਨਾ ਪਰਮ ਮਨੋਹਰ ਮਨ ਨੂੰ ਹਰੇ ਭਰੇ ਕਰਨ ਵਾਲੇ ਮਨ ਨੂੰ ਅਨੰਦਿਤ ਦੇਣ ਵਾਲੇ ਗੁਰੂ ਨਾਨਕ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਕਹਿਣ ਲਗੇ ਜਿਨ ਮੈਂ ਉਪਦੇਸ਼ਾਂ ਕੀ ਰਚਨਾ ਇਸ ਵਿੱਚ ਉਪਦੇਸ਼ ਦੀ ਰਚਨਾ ਹੈ ਗਿਆਨ ਦੇਣ ਦੀ ਮਹਾਰਾਜ ਗੱਲ ਕਰਦੇ ਹਨ ਇਹ ਐਸਾ ਗਿਆਨ ਜਿਹੜਾ ਸਾਰਿਆਂ ਲਈ ਹੈ ਬੱਚਿਆਂ ਲਈ ਬਜ਼ੁਰਗਾਂ ਲਈ ਅਤੇ ਨੌਜਵਾਨਾਂ ਲਈ ਬਰਾਬਰ ਹੈ ਜੋ ਤੂੰ ਲਖੇ ਆਰ ਬਲ ਸਾਰੀ ਬਾਦਸ਼ਾਹ ਕਹਿੰਦੇ ਕਿ ਮੁੱਲਾਂ ਜੀ ਕੀ ਸੋਚਦੇ ਹੋ ਕਿ ਮੇਰੀ ਉਮਰ 100 ਸਾਲ ਹੋਵੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਕਿਸੇ ਨੂੰ ਪਤਾ ਵੀ ਨਹੀਂ ਉਮਰ ਕਿੰਨੀ ਹੋਵੇਗੀ ਅੰਦਾਜ਼ਾ ਹੈ ਬੰਦਨ ਲਗਭਗ 100 ਸਾਲ ਦੇ ਨੇੜੇ ਅੰਦਾਜ਼ਾ ਹੀ ਹੁੰਦਾ ਹੈ ਕਈ ਪਹਿਲਾਂ ਚਲੇ ਜਾਂਦੇ ਕਈ ਬਾਅਦ ਵੀ ਜਾਂਦੇ ਕੋਈ 10 ਸਾਲ ਕੋਈ 20 ਸਾਲ ਕੋਈ 50 ਸਾਲ ਕੋ 70 80 ਸਾਲ ਤੇ ਮੁੱਲਾ ਜੀ ਤੁਸੀਂ ਤਾਂ ਬੜਾ ਆਪਣਾ ਹਿਸਾਬ ਲਾਇਆ ਹੋਇਆ ਇਤਨੇ ਸਾਲ ਮੈਂ ਰਹਿੜਾ ਹੀ ਰਹਿਣਾ ਹੈ ਮੁੱਲਾ ਜੀ ਇਹ ਸਾਰੀ ਉਮਰ ਬਾਰੇ ਇੱਕ ਵਾਰੀ ਵਿਚਾਰ ਕਰ ਲੋ ਬਿਨਾ ਭਜਨ ਇਹ ਜਾਤ ਵਿਕਾਰੀ ਬਿਨਾ ਭਜਨ ਤੋਂ ਇਹ ਤਾਂ ਵਿਕਾਰਾਂ ਵਿੱਚ ਗਲਤਾਨ ਹੋਣ ਵਾਲੀ ਉਮਰ ਹੈ बेकार व्यर्थ जा रही है नाम भजन नहीं ता बंदे का सह साह व्यर्थ जा रहा है औद कट दिन रे मन गुर मिल काज सवार उम्र दिन रात कटदी दी जा रही है कटदी जा रही है ਸਾਲ ਲੰਘਦੇ ਜਾ ਰਹੇ ਹਨ ਲੰਘਦੇ ਜਾ ਰਹੇ ਹਨ ਤੇ ਮਨਾ ਰੱਬ ਦੇ ਨਾਮ ਤੋਂ ਬਿਨਾ ਤੇਰੀ ਉਮਰ ਬਿਰਤ ਜਾ ਰਹੀ ਹੈ 100 ਬਰਕ ਆਰ ਬਲ ਪ੍ਰਾਨੀ ਚਲੋ ਮੁੱਲਾ ਜੀ ਮੰਨ ਲਿਆ ਮੰਨ ਲਿਆ ਪਿਛਲ ਜੁਗ ਵਿੱਚ ਉਮਰ ਬੰਦੇ ਦੀ 100 ਸਾਲ ਹੈ 100 ਸਾਲ ਕਿਸੇ ਬੰਦੇ ਦੀ ਉਮਰ ਹੈ ਜੇ ਜੀਵੇ ਤਿੰਨ ਕਹੋ ਕਹਾਣੀ ਇਹ ਬੰਦਾ 100 ਸਾਲ ਜੀ ਵੀ ਲਵੇ ਨਾ ਉਹਦੀ ਗੱਲ ਦੱਸਦੇ ਆ ਕਈਆਂ ਦੀ ਉਮਰ ਤਾਂ ਘੱਟ ਵੀ ਹੁੰਦੀ ਹੈ ਇਹ ਤਾਂ ਸਵਾਸਾਂ ਦੀ ਖੇਡ ਹੈ ਜਿੰਨੀ ਪੂੰਜੀ ਰੱਬ ਤੋਂ ਲਿਖਾ ਕੇ ਲਿਆਇਆ ਸਵਾਸਾਂ ਦੀ ਉਤਨੀ ਬਤੀਤ ਕਰਨੇ ਹਨ ਚਲੋ ਮੰਨ ਲਿਆ ਕੋਈ ਰੱਬ ਦਾ ਪਿਆਰਾ ਆਪਣੀ ਉਮਰ 100 ਸਾਲ ਲਿਖਵਾ ਕੇ ਲਿਆਇਆ ਹੈ ਉਹਦੇ ਬਾਰੇ ਸੁਣੋ ਅਰਧ ਨੀਂਦ ਬਸ ਕਰਤੇ ਹੁਸੈਨਾ 100 ਸਾਲ ਵਿੱਚੋਂ ਅੱਧਾ ਸਮਾਂ ਲੰਘ ਗਿਆ ਸੋ ਕੇ ਰਾਣ ਗਵਾਈ ਸੋਏ ਕੈ ਅਰਾ ਸੋ ਕੇ ਲੰਘ ਜਾਂਦੀ ਹੈ ਅੱਧੀ ਉਮਰ ਲਗਭਗ ਬੰਦੇ ਦੀ ਸੋ ਕੇ ਲੱਗ ਜਾਂਦੀ ਹੈ ਖਾਲਸਾ ਜੀ ਰਾਤੀ ਵੀ ਸੁਣਦਾ ਕਈ ਦਿਨੇ ਵੀ ਥੋੜੇ ਥੋੜਾ ਬਹੁਤਾ ਕਈ ਕੰਮ ਕਰਨ ਦੀ ਨੀਂਦ ਤੇਰੇ ਅੰਦੇ 12 12 ਘੰਟੇ 13 13 ਘੰਟੇ ਉਹ ਐਸੇ ਕੰਮ ਕਰਨ ਵਰਗੇ ਅੱਧੀ ਉਮਰ ਤਾਂ ਵੈਸੀ ਲੰਗੀ ਉਹਨੇ 50 ਸਾਲ ਤਾਂ ਲੰਘ ਗਏ ਨਾ 2 ਸਾਲ ਵਿੱਚੋਂ 50 ਸਾਲ ਸੋ ਕੇ ਲੰਘ ਗਏ ਬਾਕੀ ਰਹਿ ਗਏ 50 ਸਾਲ ਗੋਦਰ ਗਏ ਲੱਕੀਏ ਨਿਜ ਨੈਨਾ ਅੱਖਾਂ ਦੁਆਰਾ ਵੇਖਦੇ ਹੋ ਕਿ ਬੰਦਾ ਸੋ ਸੋ ਕੇ ਆਪਣੀ ਉਮਰ ਲੰਗਾ ਦਿੰਦਾ ਹੈ ਗੁਦਰ ਗਏ ਲੰਘ ਗਏ ਚਲੇ ਗਏ 100 ਸਾਲ ਵਿੱਚੋਂ 50 ਸਾਲ ਬੰਦੇ ਸੋ ਕੇ ਗਵਾ ਦਿੰਦੇ ਹਨ ਏਸ ਅੱਖੀਂ ਵੇਖਦੇ ਹਾਂ 15 ਬਰਖ ਤੀਕ ਅਣਜਾਨਾ ਬਾਕੀ ਰਹਿ ਗਏ 50 ਸਾਲ 50 ਸਾਲ ਵਿੱਚੋਂ ਪਹਿਲਾ 15 ਸਾਲ ਬੰਦਾ ਅਣਜਾਣ ਹੁੰਦਾ ਹੈ ਉਹਨ ਨੂੰ ਹੀ ਪਤਾ ਕਿ ਬੰਦਗੀ ਕਿਵੇਂ ਕਰਨੀ ਹੈ ਕੀ ਕਰਨਾ ਹੈ ਉਹ ਤਾਂ ਹੱਸ ਖੇਡ ਕੇ گزار ਦਿੰਦਾ ਹੈ ਪੜ੍ਹਾਈ ਕਰਕੇ گزار ਦਿੰਦਾ ਹੈ ਫਿਰ ਕੀ ਰਹਿ ਗਿਆ ਬਾਕੀ ਰਹਿ ਗਏ 35 ਸਾਲ 50 ਸਾਲ ਚੋਂ 15 ਸਾਲ ਇਹ ਚਲੇ ਗਏ ਬਾਕੀ 35 ਸਾਲ ਉਮਰ ਰਹਿ ਗਈ ਬਾਲਪਨ ਮੈਂ ਕਰੀ ਬਹਾਨਾ 15 ਸਾਲ ਬਾਲਪਨ ਵਿੱਚ ਬਤੀਤ ਹੋ ਗਏ ਇਸਰਾਈ ਲੰਘਦੇ ਗਏ ਹੱਸਿਆ ਖੇਡਦੇ ਆਈ ਇਹ 15 ਸਾਲ ਲੰਘ ਗਏ 80 ਵਰਖੇ ਤੇ ਜੋ ਵਦੇ ਹੈ ਮੁੰਨਾ ਜੀ 80 ਤੋਂ ਬਾਅਦ ਜਿਹੜੇ 100 ਸਾਲ ਹਨ 20 ਸਾਲ ਉਹ ਲਾ ਲਓ ਉਹ 20 ਸਾਲ ਬਾਰੇ ਵੀ ਸੁਣ ਲਓ ਲੋਚਨ ਦਿਖੇ ਨਾ ਸ਼੍ਰੋਣ ਸੁਨੇ ਹੈ ਅੱਖਾਂ ਤੋਂ ਵਿਖਦਾ ਨਹੀਂ ਤੇ ਕੰਨਾਂ ਤੋਂ ਸੁਣਦਾ ਨਹੀਂ ਨਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੂਦਾ ਕੰਠ ਸਵਦ ਨਹੀਂ ਉੱਚ ਰਹਿ ਅਬ ਕੀ ਕਰਹਿ ਪਰਾਨੀ ਤੇ ਵਸਾ ਜਾਂਦੀ ਏ ਅੱਖਾਂ ਤੋਂ ਬੰਦੇ ਨੂੰ ਵਿਖਦਾ ਨਹੀਂ पानी पानी आई है, गला बोलिया नहीं जाता गले तो कन्ना तो सुनिया नहीं हथा तो पकड़िया नहीं तो चलिया नहीं जाता फिर तो कित संगत विच आवेगा कदों बाणी पड़ेगा कदों नाम जपेगा अखीर वेले सोचेगा भी अखीर वेले करा ध्यान रखना जड़ी आदत ਜਵਾਨੀ ਵਿੱਚ ਨਹੀਂ ਪਈ ਬਚਪਨ ਵਿੱਚ ਨਹੀਂ ਪਈ ਬੁਢੇਪੇ ਵਿੱਚ ਨਹੀਂ ਪੈਂਦੀ ਖਾਲਸਾ ਜੀ ਸੰਸਕਾਰ ਇਤਨੇ ਪੱਕ ਜਾਂਦੇ ਹਨ ਕਿ ਬੰਦੇ ਦੇ ਦਿਮਾਗ ਵਿੱਚ ਉਹੀ ਰਹਿੰਦਾ ਹੈ ਸਾਰੀ ਉਮਰ ਜੋ ਬੰਦਾ ਸੋਚਦਾ ਰਹਿੰਦਾ ਹੈ ਟੱਗੀਆਂ ਮਾਰਦਾ ਰਹਿੰਦਾ ਹੈ ਉਹੀ ਰਹਿੰਦਾ ਹੈ ਹਾਂ ਕੋਈ ਵਿਰਲੇ ਭਾਗਾਂ ਵਾਲੇ ਹੋਣਗੇ ਵਿਰਲੇ ਜਿਨ੍ਹਾਂ ਨੂੰ ਪ੍ਰਮਾਤਮਾ ਜਗਾ ਦਿੰਦਾ ਹੈ ਬਸ ਬਾਕੀ ਤਾਂ ਸੰਸਕਾਰ ਇਤਨੇ ਪਰਪੱਕ ਹੋ ਜਾਂਦੇ ਕਿ 80 ਸਾਲ ਤੋਂ ਬਾਅਦ 20 ਸਾਲ ਹੋ ਲੰਗੇ। ਨਾ ਵੇਖਿਆ ਜਾਂਦਾ ਨਾ ਬੋਲਿਆ ਜਾਂਦਾ ਨਾ ਤੁਰਿਆ ਜਾਂਦਾ ਨਾ ਸੁਣਿਆ ਜਾਂਦਾ ਹੈ। 35 ਤੋਂ 20 ਸਾਲ ਇਹ ਗਏ। ਬਾਕੀ ਰਗੇ 15 ਸਾਲ। 15 ਸਾਲ ਬਾਰੇ ਸੁਣ ਲਓ। ਦੋਹਰਾ ਬਿਆਕੁਲਤਾ ਇੰਦਰੀਨ ਕੀ ਸੋਧ ਨ ਸਕੇ ਸੰਭਾਰੇ ਅਸਤੀ ਤੋਂ ਬਾਦ ਇਹੜੀਆਂ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਹਨ ਇਹ ਵਿਆਕੂਲ ਹੋ ਜਾਂਦੀਆਂ ਹਨ ਸਥਿਰ ਹੋ ਜਾਂਦੀਆਂ ਖਲਤਾ ਜੀ ਪੈਰ ਬੰਦਾ ਅੱਗੇ ਰੱਖਦਾ ਤੁਰਿਆ ਨਹੀਂ ਜਾਂਦਾ ਇਹ ਮਨ ਸੋਚਣਾ ਕਿਸੇ ਦੂਜੇ ਦਾ ਹਾਲ ਸਭ ਦਾ ਇਹੀ ਹਾਲ ਹੋਣਾ ਹੈ ਸਭ ਦੇ ਇਹੀ ਹਾਲ ਹੈ ਪੈਰ ਅੱਗੇ ਰੱਖੇ ਜਾਣੇ ਜਾਣੇ ਨਹੀਂ ਹੱਥ ਤੋਂ ਪਕੜਿਆ ਨਹੀਂ ਜਾਣਾ ਕੁਛ ਹੱਥ ਕੰਬਦੇ ਹਨ ਅੱਖਾਂ ਤੋਂ ਵਿਖਦਾ ਨਹੀਂ ਬੰਦਾ ਚਸ਼ਮਾ ਵੀ ਲਗਾਉਂਦਾ ਪਰ ਫਿਰ ਵੀ ਖਾਲਸਾ ਜੋਤ ਹੈ ਕਟਣੀ ਉਹਨੇ ਇਹ ਨਿਸ਼ਾਨੀ ਹੈ ਗੋਡੇ ਜਵਾਬ ਦੇ ਜਾਂਦੇ ਤੁਰਿਆ ਨਹੀਂ ਜਾਂਦਾ ਜ਼ੁਬਾਨ ਤੋਂ ਬੋਲਿਆ ਨਹੀਂ ਜਾਂਦਾ ਕੋਈ ਚਖਿਆ ਨਹੀਂ ਜਾਂਦਾ ਤੇ ਕੰਨ ਤਨੰਤੋ ਖਾਲਸਾ ਜੀ ਉਹ ਸੁਣ ਹੋ ਜਾਂਦੇ ਹਨ ਇਸ ਤਰ੍ਹਾਂ ਇਹ ਮਨੁੱਖ ਦੀ ਅਵਸਥਾ ਉਹਦੀ ਗਿਆਨ ਇੰਦਰੀਆਂ ਉਹਦੀ ਕਰਮ ਇੰਦਰੀਆਂ ਦਾ ਇਹ ਹਾਲ ਹੁੰਦਾ ਹੈ ਦੇਹੇ ਕਿਰਿਆ ਕਰਨੀ ਕਠਨ ਤਬ ਕਸ ਹਰ ਉਰਤਾਰੇ ਬੁਲਾਣਾ ਜੀ ਉਸ ਵੇਲੇ ਸਰੀਰ ਦੀ ਕਿਰਿਆ ਕਰਨੀ ਵਿਅਕੀ ਹੋ ਜਾਂਦੀ ਹੈ ਨਹੀਂ ਹੁੰਦੀ ਕਿਰਿਆ ਖਾਲਸਾ ਜੀ ਸਾਰੇ ਸੀ ਵਖਤਿਆਂ ਬਜ਼ੁਰਗਾਂ ਨੂੰ ਜਿਹੜੇ ਨੌਜਵਾਨ ਬਜ਼ੁਰਗਾਂ ਨੂੰ ਵੇਖਦੇ ਆ ਬਜ਼ੁਰਗ ਆਪਣੀ ਅਵਸਥਾ ਖੁਦ ਜਾਣਦੇ ਆ ਸਭ ਦਾ ਇਹੀ ਹਾਲ ਹੋਣਾ ਹੈ ਕੋਈ ਮਤ ਸੋਚੇ ਕਿ ਇਹ ਸਾਡੇ ਨਾਲ ਨਹੀਂ ਆਣਾ ਉਹ ਸਾਡੇ ਨਾਲ ਹੋਣਾ ਹੈ ਹਾਂ ਪਾਦਸ਼ਾਹ ਭਲਾ ਕਰੇ ਸਭ ਨੂੰ ਦੇਹ ਰੋਗਤਾ ਦਵੇ ਜਦ ਤੱਕ ਸਰੀਰ ਚੱਲਦਾ ਹੈ ਉਹ ਤੱਕ ਰੱਖੇ ਬਸ ਬਾਕੀ ਮਹਾਰਾਜ ਆਪਣੇ ਨਾਲ ਹੀ ਭੇਦ ਕਰ ਲਵੇ ਇਹ ਰੱਖਣਾ ਵੀ ਹੈ ਤੇ ਮਹਾਰਾਜ ਆਪਣੀ ਕ੍ਰਿਆ ਆਪ ਕਰਾਈ ਜਾਵੇ। ਕਿਸੇ ਦੂਜੇ ਦੇ ਵਸ ਨਾ ਕਰੇ ਗਾਲ ਸਾਹਿਬ। ਤੇ ਪਾਤਸ਼ਾਹ ਕਹਿੰਦੇ ਉਸ ਵੇਲੇ ਕ੍ਰਿਆ ਕਰਨੀ ਵੀ ਓਕੀ ਹੋ ਜਾਂਦੀ ਹੈ। ਬੰਦਾ ਪ੍ਰਾਏ ਦੇ ਵਸ ਰਹਿੰਦਾ ਹੈ ਵੀ ਮੈਨੂੰ ਕੋਈ ਠਾਵੇਗਾ, ਕੋਈ ਖਵਾਵੇਗਾ, ਕੋਈ ਪੀ ਆਵੇਗਾ। ਤੇ ਇਹ ਹਾਲ ਹੁੰਦਾ ਓਦੋਂ ਕਿ ਜਪਣਾ ਉਹਨੇ ਭਾਈ। ਧਿਆਨ ਤਾਂ ਉਹਨੇ ਆਪਣੀ ਸੇਵਾ ਲਈਏ ਕੋਈ ਸੇਵਾ ਕਰੇਗਾ ਮੇਰੀ। ਮੈਨੂੰ ਕੋਈ ਖਵਾਵੇਗਾ, ਕੋਈ ਪਾਣੀ ਦੇਵੇਗਾ। ਧਿਆਨ ਤਾਂ ਉਧਰ ਲੈ ਗਿਆ ਉਹਦਾ। ਉਹ 20 ਸਾਲ ਵਿੱਚ ਕੀ ਜ ਆਪਣਾ ਨਾਮ ਉਹਨੇ ਕੀ ਬੰਦਗੀ ਕਰਨੀ ਹੈ ਉਹ ਨਹੀਂ ਹੋਣੀ ਜੋ ਪਈ ਕੁਛ ਕਰਾਈ ਤਿੰਨ ਕੀ ਸੁਣ ਗਿਣਤੀ ਬਾਕੀ ਰਹਿ ਗਏ 15 ਸਾਲ ਉਹਨਾਂ ਦੀ ਗਿਣਤੀ ਸੁਣ ਲਓ ਸੋਚੋ 50 ਸਾਲ ਲੰਘ ਗਏ ਸੋ ਕੇ 50 ਸਾਲ ਰਹਿ ਗਏ 15 ਸਾਲ ਲੰਘ ਗਏ ਬਚਪਨ ਵਿੱਚ 35 ਰਹਿ ਗਏ 80 ਤੋਂ ਬਾਅਦ 100 ਤੱਕ 20 ਸਾਲ ਆ ਗਏ ਬਾਕੀ ਰਹਿ ਗਏ 15 ਸਾਲ 15 ਸਾਲ ਬਾਰੇ ਸੁਣ ਲਓ ਇਹਨਾਂ ਦੀ ਵਿਚਾਰ ਵੀ ਸੁਣ ਲਈਏ ਜੀ ਸੋਪ ਬਤੀਤੇ ਬਿਨਾਰ ਬਿੰਤੀ ਸੋਤੇ ਉਹ ਵੀ ਬਤੀਤ ਹੋ ਗਏ ਸੋਪੇ ਉਹ ਵੀ ਲੰਗੇ ਬਿਨਾ ਸਿਮਰਨ ਤੋਂ ਉਹ ਵੀ ਗਵਾਚ ਗਏ ਚਲੇ ਗਏ ਸਾਡੀ ਅੱਖਾਂ ਤੋਂ ਓਲੇ ਹੋ ਗਏ ਕੋਈ ਚਿੰਤਾ ਰਹਿੰਦੀ ਹੈ ਕਿਹੜੀ ਚਿੰਤਾ ਹੈ ਸੁਣੀਏ ਜੀ ਮਲਮੂਤਰ ਆਦ ਤਜਨ ਜੁਗ ਕਾਲਾ 60 ਸਾਲ ਬੰਦੇ ਨੇ ਸਰੀਰੀ ਕਿਰਿਆ ਵੀ ਤਾਂ ਕਰਨੀ ਹੈ ਸੋਚ ਦੀ ਕਿਰਿਆ ਕਰਨੀ ਹੈ ਇਸ਼ਨਾਨ ਕਰਨਾ ਹੈ ਹੋਰ ਵੀ ਕਿਰਿਆ ਕਰਨੀ ਹੈ ਕਰਤ ਬਤੀਤੇ ਕਾਲ ਵਿਸਾਲਾ ਅੰਦਰ ਵੀ ਛਕਣਾ ਹੈ ਕਮਾਈ ਵੀ ਕਰਨੀ ਹੈ ਪੜ੍ਹਾਈ ਵੀ ਕਰਨੀ ਹੈ ਬੱਚੇ ਵੀ ਪਾਲਨੇ ਨੌਕਰੀ ਧੰਦਾ ਵੀ ਕਰਨਾ ਹੈ ਵਿਆਵਿਕਰਣਾ ਕਈ ਤਰ੍ਹਾਂ ਦੇ ਪਾਪੜ ਵੇਲਨੇ ਹਨ ਬਹੁ ਪਰਪੰਚ ਕਰ ਪਰਤਨ ਲਿਆਵੈ ਇਹ ਵੀ ਕੰਮ ਕਰਨਾ ਹੈ ਸੁੱਤਦਾਰਾ ਭਿਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲਈਜੈ ਇਹ ਵੀ ਕੰਮ ਹੋਣਾ ਹੈ ਤੇ ਇਹ 15 ਸਾਲ ਅਹਿਮ ਹੀ ਲੰਘ ਜਾਂਦੇ ਖਾਣ ਪਾਣ ਨਿਤ ਕਰਨ ਵਿਹਾਰਾ ਅੰਦਰ ਪਾਣੀ ਛਕਣਾ ਹੈ ਹੋਰ ਕਈ ਤਰ੍ਹਾਂ ਦੇ ਵਿਵਹਾਰ ਕਰਨੇ ਹਨ ਹਿਤ ਬਿਨੋਦ ਬਨਤਾ ਸੰਗ ਧਾਰਾ ਸੱਖਿਆ ਨਾਲ ਇਸਤਰੀ ਨਾਲ ਅਨੇਕ ਤਰ੍ਹਾਂ ਦੇ ਬਿਨੋਦ ਵੀ ਕਰਨੇ ਹਨ ਕਰਨ ਉਪਾਏ ਸੁਧਰ ਬਿ ਉਪਾਵਨ ਇਸ ਉਪਰਵਾੜ ਦਾ ਗੁਜ਼ਾਰਾ ਚਲਣ ਲਈ ਪੈਸਾ ਵੀ ਕਮਾਉਣਾ ਹੈ ਨੌਕਰੀ ਤੰਦਾ ਵੀ ਕਰਨਾ ਹੈ ਉਹ ਗੁਜਰਾਨ ਵੀ ਕਰਨਾ ਹੈ ਅਲਜ ਅਸ਼ੁਭ ਸ਼ੁਭ ਕਰਮ ਕਮਾਵਨ ਤੇ ਅਲਜ ਜੋ ਲਜਵਾ ਲਜਾਵਾ ਨਹੀਂ ਨਿਲਜ ਹੋ ਕੇ ਅਸ਼ੁਭ ਬੁਰੇ ਕੰਮ ਵੀ ਕਰਦਾ ਹੈ ਬੰਦਾ ਠਗਿਆ ਵੀ ਮਾਰਦਾ ਹੈ ਨਿਲਜ ਹੋ ਕੇ ਖਾਲਸਾ ਦੀ ਚੋਰੀ ਆਰੀ ਵੀ ਕਰਦਾ ਹੈ ਪੈਸੇ ਕਮਾ ਕੇ ਲੁੱਟ ਲੁੱਟ ਕੇ ਲਿਆਂਦਾ ਵੀ ਹੈ ਪਾਲਨ ਸੁਤ ਬੋਲਾਡ ਲਡਾਵਨ ਆਪਣੇ ਬੱਚੇ ਨੂੰ ਲਾਡ ਵੀ ਲਡਾਣਾ ਹੈ ਮੋਹ ਵੀ ਕਰਦਾ ਹੈ ਤੇ ਇਸ ਤਰ੍ਹਾਂ ਪੈਸੇ ਕਮਾਉਣ ਲਈ ਖਾਲਸਾ ਜੀ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ ਨਿਸ ਦਿਨ ਹਿਤ ਸੋ ਹੇਤ ਵਢਾਵਨ ਇੰਨਾ ਕੁ ਦਾ ਮੋਕ ਕਿਹਦੇ ਨਾਲ ਹੈ ਪਰਿਵਾਰ ਨਾਲ ਬੱਚਿਆਂ ਨਾਲ ਇਸਤਰੀ ਨਾਲ ਘਰ ਬਣਾਉਣਾ ਹੈ ਇਹ ਸਮਾਨ ਲਿਆਣਾ ਹੈ ਇਹ ਕੱਪੜੇ ਪਾਣੇ ਹਨ ਅੱਜ ਇੱਥੇ ਜਾਣਾ ਹੈ ਅੱਜ ਉੱਥੇ ਜਾਣਾ ਹੈ 15 ਸਾਲ ਐਵੇਂ ਲੰਘ ਜਾਂਦੇ ਇਸ ਬਿਦ ਬੀਤੀ ਆਰ ਬਲ ਸਾਰੀ ਇਸ ਤਰ੍ਹਾਂ ਸਾਰੀ ਉਮਰ ਲੰਘ ਗਈ ਬਾਅਦ ਸਾਂ ਕਹਿੰਦੇ ਲੋ ਮੁੱਲਾ ਜੀ ਇਹ ਤੁਹਾਡੀ ਉਮਰ ਹੈ ਕਹਿੰਦੇ ਤੁਹਾਡੀ ਬੜੀ ਉਮਰ ਪਈ ਹੈ ਕਿੱਥੇ ਪਈ ਹੈ ਐਵੇਂ ਲੰਘ ਗਈ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾ ਲੰਘ ਗਿਆ ਹੈ ਨਾ ਸੋਚਿਆ ਨਾ ਵਿਚਾਰਿਆ ਐਵੇਂ ਲੰਗੀ ਉਮਰ ਅੰਤ ਸਮੇ ਗਮਨਿਓ ਕਰ ਚਾਰੀ ਜਦੋਂ ਅੰਤ ਵੇਲੇ ਜਾਣਾ ਨਾ ਹੱਥ ਛਾੜ ਕੇ ਜਾਵੇਗਾ ਕੀ ਕੀ ਨਾਲ ਲੈ ਕੇ ਜਾ ਰਿਹਾ ਹੈ ਹਾਂ ਕੁਛ ਨਾਲ ਲੈ ਕੇ ਜਾਵੇਗਾ ਕੀ ਪਾਪਾਂ ਦੀ ਪੰਡ ਵਿਸ਼ੇ ਵਿਕਾਰਾਂ ਦੀ ਪੰਡ ਗੁਨਾਹਾਂ ਦੀ ਪੰਡ ਇਹ ਨਾਲ ਲੈ ਕੇ ਜਾ ਰਿਹਾ ਹੈ ਬਾਕੀ ਉਮਰ ਲਈ ਹੱਥ ਛਾੜ ਕੇ ਜਾ ਰਿਹਾ ਹੈ ਜਪਤਪ ਲਈ ਹੱਥ ਛਾੜ ਕੇ ਜਾ ਰਿਹਾ ਹੈ ਕੋਈ ਜਪਤਪ ਨਹੀਂ ਕੀਤਾ რა ਕਿਆ ਤੈ ਖਟਿਆ ਕਹਾ ਗਵਾਇਆ ਚਲੋ ਸਿਤਾ ਦੀਵਾਨ ਬੁਲਾਇਆ ਚੱਲ ਭਾਈ ਅੱਗੇ ਛੇਤੀ ਚੱਲ ਜਦ ਮਦੂਤ ਨੇ ਬੁਲਾਇਆ ਹੈ ਜਮ ਰਾਜ ਬੁਲਾ ਰਿਹਾ ਹੈ ਤੇ ਬੰਦਿਆ ਉਦੋਂ ਫਿਰ ਹੱਥ ਛਾੜ ਕੇ ਜਾਵੇਂਗਾ ਤਾਂ ਤੇ ਮਨ ਸਮਝੋ ਅਸ ਰੀਤੀ ਇਸ ਕਰਕੇ ਮੁੱਲਾਂ ਜੀ ਆਪਣੇ ਮਨ ਵੀ ਸਮਝ ਲਓ ਚੰਗੀ ਤਰ੍ਹਾਂ ਇਹ ਮਰਿਆਦਾ ਹੈ ਇਹ ਰੀਤੀ ਹੈ ਇਹਨੂੰ ਸਮਝ ਲਓ ਜਨਮ ਆਕਾਰਤ ਬਿਨ ਹਰ ਪ੍ਰੀਤੀ ਤੇ ਰੱਬ ਤੇ ਪ੍ਰੇਮ ਤੋਂ ਬਿਨਾ ਨਾਮ ਤੇ ਬਿਨਾ सिमरन भजन नहीं तो फिर की मुख बखावेगा जब तब संजम ए ना कमाया फिर की बंदा करेगा की मूह खावेगा रब नल प्यार पा जप प्रेम जप जितना जपेगा उतना लाहा मिलेगा पदार्थ इतने अमूल स्वास ਪਦਾਰਥਾਂ ਦੀ ਲੰਘਾ ਰਹੇ ਹਾਂ ਸਿੱਖ ਹਾਲਸਾ ਜੀ ਆਖੋ ਸਤਨਾ ਤੇਰੀ ਵਾਹੀ ਅਖੀਰ ਤੇ ਬੰਦਾ ਜੇ ਬੈੱਡ ਤੇ ਪਿਆ ਹੋਵੇ ਡਾਕਟਰ ਨੂੰ ਕੀ ਕਹਿੰਦਾ ਹੈ ਕਹਿੰਦਾ ਜੋ ਲੈਣਾ ਲੈ ਲਓ ਇੱਕ ਦੋ ਸਾਂ ਹੋਰ ਦੇ ਦਿਓ ਥੋੜੇ ਸਾਂ ਹੋਰ ਦੇ ਦਿਓ ਨੱਖਾ ਕਰੋੜਾ ਰੁਪਏ ਲੈ ਲਓ ਜੀ ਕੁਝ ਸਾਂ ਦੇ ਦਿਓ ਦੇਖੋ ਇੱਕ ਸਾਹ ਦੇ ਬਦਲੇ ਕਿੰਨੀ ਮਾਇਆ ਦੇ ਰਿਹਾ ਬੰਦਾ ਜਿੰਦਗੀ ਦੀ ਸਾਰੀ ਕਮਾਈ ਕਹਿੰਦਾ ਲੈ ਲਓ ਸਾਰੀ ਕਮਾਈ ਦੇ ਰਿਹਾ ਨਾ ਕੁਝ ਸਾਹ ਦੇ ਬਦਲੇ ਸੋ ਸਾਹ ਦੀ ਸਾਲਾਂ ਦੀ ਕਮਾਈ ਪੈਸਾ ਤਾਂ ਦੌਲਤ ਇੱਕ ਸਾਹ ਦੇ ਬਦਲੇ ਦੇ ਰਿਹਾ ਇਹਦਾ ਸਾਫ ਕੀ ਹੈ ਭਾਵ ਕਿ ਇੱਕ ਸਾਹ ਦੇ ਮੁੱਲ ਇਤਨਾ ਹੈ ਅਰਬਾਂ ਖਰਬਾਂ ਅਣਗਿਣਤ ਪੈਸਾ ਇੱਕ ਸਾਹ ਦਾ ਮੁੱਲ ਹੈ ਪਰ ਉਹ ਸਾਹ ਅਮੁੱਲ ਹੈ ਤੇ ਸਾਡੇ ਸਾਰੇ ਸਾਹ ਕਿਵੇਂ ਚਲੇ ਗਏ ਐਵੇਂ ਬਿਰਤ ਦਮ ਦਮ ਇਹ ਸਾਹ ਕਿਸ ਲਈ ਮਿਲਿਆ ਹੈ ਰੱਬ ਨੂੰ ਯਾਦ ਕਰਨ ਲਈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ आ सा सिमरो गोबिंद मन अंतर की उतरे चिंद आस अनिंग संत जना की तूर मन मंग आव छोड़ बेनती करो संग अगन सागर तरह हर तन के पर ले पंडार नानक पूरे नमस्कार एस वास रब दा नाम जबल नहीं मिलया है जे ए ना कीता ते एक सूल कितना है अमूल है ਅਮੋਲ ਸਾ ਪਦਾਰਥਾਂ ਦੇ ਮਗਰ ਲੰਘਾ ਦਿੱਤੇ ਪਦਾਰਥ ਨਹੀਂ ਕਦੀ ਪੂਰੇ ਹੋਏ ਖਾਲਸਾ ਜੀਓ ਕਦੀ ਸੋਚੀਏ ਘਰ ਦੀ ਲੋੜ ਪੂਰੀ ਹੋ ਜਾਂਦੀ ਕਦੇ ਨੰ ਬੰਦੇ ਨੂੰ ਅੱਜ ਇਹ ਸਮਾਨ ਲੈ ਕੇ ਆਓ ਕੱਲ ਉਹ ਲੈ ਕੇ ਆਓ ਉਹ ਸਬਜੀ ਲੈ ਕੇ ਆਓ ਉਹ ਸਮਾਨ ਪਤਾ ਸਾਰੀ ਮਰ ਸਮਾਨ ਢੋਂਦਾ ਰਹਿੰਦਾ ਹੈ ਅਖੀਰ ਤੇ ਉਹਨੂੰ ਢੋਣਾ ਪੈਂਦਾ ਚਲ ਵਿਚੱਕ ਕੇ ਲੈ ਜਾਓ ਇਹ ਹੀ ਬੰਦੇ ਦੀ ਉਮਰ ਹੈ ਖਾਲਸਾ ਜੀਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੋਲਾ ਜੀ ਵਿਚਾਰ ਕਰ ਲੋ ਇਤਨੇ ਸਾ ਸਾਡੇ ਅਮੋਲਕ ਹਨ ਤੇ ਅਸੀਂ ਇਹਨੂੰ ਐਵੇਂ ਹੀ ਗਵਾਈ ਜਾ ਰਹੇ ਹਾਂ ਗयो ਹਾਰ ਅਸ ਢਾਲਿਓ ਪਾਸਾ ਤੇ ਫਿਰ ਜੀਵਨ ਦੀ ਬਾਜ਼ੀ ਹਾਰ ਗਿਆ ਇਸ ਤਰ੍ਹਾਂ ਦਾ ਪਾਸਾ ਢਾਲਿਆ ਕਿ ਜੀਵਨ ਤੋਂ ਹੁਣ ਹੱਥ ਗਵਾਦ ਕੇ ਜਾ ਰਿਹਾ ਪਾਪ ਜੀਵਨ ਦੀ ਬਾਜੀ ਹਾਰ ਕੇ ਜਾਣ ਲਗਾ ਜਬ ਇਸਕੇ ਉਰ ਸਮਝ ਸੋ ਆਵੇ ਅ ਜਦੋਂ ਸਮਝ ਆਉਂਦੀ ਹੈ ਨਾ ਕਦੀ ਕਦੀ ਬੰਦੇ ਨੂੰ ਸਮਝ ਵੀ ਆਉਂਦੀ ਕਦੀ ਚੋਟ ਲੱਗਦੀ ਏ ਅੱਖੋ ਸਤਨਾ ਸ੍ਰੀ ਵਾਹਿਗੁਰੂ ਵੈਸੇ ਕਈ ਬੰਦਿਆਂ ਨੂੰ ਸਮਝ ਆ ਜਾਂਦੀ ਏ ਪਰ ਕਦੋਂ ਜੇ ਕੋਈ ਘਟਨਾ ਵਾਪਰੇ ਕੋਈ ਐਕਸੀਡੈਂਟ ਹੋਵੇ ਜਾਂ ਇਨਸੀਡੈਂਟ ਹੋਵੇ ਉਦੋਂ ਸਮਝ ਆਉਂਦੀ ਬੰਦਿਆ ਕੀ ਕਰ ਰਿਹਾ ਤੂੰ ਕਈ ਬੰਦਿਆਂ ਨੂੰ ਅਖੀਰ ਤੇ ਮੌਤ ਆ ਸਮਾਂ ਦੇਖਦੇ ਨਾ ਕੋਈ ਭਾਣਾ ਵਾਪਰਦਾ ਹੈ ਕਹਿੰਦਾ ਬਸ ਅੱਜ ਤੋਂ ਬਾਅਦ ਨਹੀਂ ਕੰਮ ਕਰਨਾ ਕੋਈ ਵਿਸ਼ੇਸ਼ ਘਟਨਾ ਤੋਂ ਬਾਅਦ ਉਹਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤੇ ਪਾਤਸ਼ਾਹ ਕਹਿੰਦੇ ਇਹ ਤਬਦੀਲੀ ਕਿਸੇ ਵਿਰਲੇ ਨੂੰ ਆਉਂਦੀ ਹੈ ਆਮ ਨੂੰ ਨਹੀਂ ਆਉਂਦੀ ਜਦੋਂ ਕਿਸੇ ਨੂੰ ਸਮਝ ਵੀ ਆਉਂਦੀ ਨੇ ਵੀ ਹੁਣ ਤਾਂ ਕੁਝ ਕਰ ਲਵਾਂ ਹੁਣ ਤਾਂ ਮੈਂ ਆਪਣਾ ਜੀਵਨ ਸਵਾਰ ਲਵਾਂ ਜਦੋਂ ਇਹ ਸਮਝ ਆਉਂਦੀ ਹੈ ਤਬ ਮਨ ਵਿਸ਼ਿਆਂ ਤੇ ਉਲਟਾਵੇ ਉਹਦੋਂ ਫਿਰ ਆਪਣਾ ਮਨ ਵਿਸ਼ੇ ਵਿਕਾਰਾਂ ਤੋਂ ਉਲਟਾਉਂਦਾ ਹੈ ਕਿ ਮੈਂ ਆਪਣਾ ਵਨ ਵਿਸ਼ੇ ਵਿਕਾਰਾਂ ਤੋਂ ਬਦਲ ਕੇ ਰੱਬ ਦੇ ਨਾਮ ਵੱਲ ਜੋੜ ਲਵਾਂ ਕਰੇ ਬੰਦਗੀ ਪੇਸ਼ ਖੁਦਾਏ ਤੇ ਫਿਰ ਰੱਬ ਦੇ ਸਾਹਮਣੇ ਹੋ ਕੇ ਪੇਸ਼ ਸਾਹਮਣੇ ਹੋ ਕੇ ਰੱਬ ਨੂੰ ਸਾਹਮਣੇ ਰੱਖ ਕੇ ਰੱਬ ਜੀ फेर ਤੁਹਾਡੀ ਬੰਦਗੀ ਕਰਾਂ ਫੇ ਰੱਬ ਦੀ ਬੰਦਗੀ ਕਰਦਾ ਹੈ ਜੋ ਮੈਂ ਤੁਮਸੋਂ ਕਹਾਂ ਸੁਣਾਏ ਸੁਨੋ ਮੁੱਲਾ ਜੀ ਉਹ ਬੰਦਗੀ ਬਾਰੇ ਸੁਣ ਲੋ ਸ਼੍ਰੀ ਮੁਖਵਾ ਤੇ ਲੰਗ ਮਹੱਲਾ ਪਹਿਲਾ ਇਕ ਅਰਜ਼ ਗੁਫਤਮ ਪੇਸ ਤੋ ਦਰ گوش ਕੁੰਨ ਕਰਤਾਰ ਰਾਮ ਨਰਾਗ ਗੁਰੂ ਨਾਨਕ ਪਾਤਸ਼ਾਹ ਜੀ ਪਰਮਾਨੰ ਕਰਦੇ ਹਨ ਯਕ ਅਰਜ਼ ਗੁਫ਼ਤਮ ਪੇਸ਼ ਪੇਸ਼ ਪੇਸ਼ੀ ਸਾਹਮਣੇ ਪੇਸ਼ ਯਕ ਇੱਕ ਅਰਜ਼ ਬੇਨਤੀ ਹੈ ਗੁਫ਼ਤਮ ਆਖਦੇ ਹਨ ਫਾਰਸੀ ਵਿੱਚ ਪਾਤਸ਼ਾਹ ਜੀ ਮੁੱਲਾ ਨੂੰ ਕਹਿ ਰਹੇ ਸਨ ਫਾਰਸੀ ਚ ਚਾਰ ਪਾਸ਼ਾ ਕੀਤਾ ਅੱਛਾ ਕਹਿੰਦੇ ਮੁੱਲਾਂ ਜੀ ਜਦੋਂ ਸਮਝ ਆਵੇ ਨਾ ਕਿਸੇ ਨੂੰ ਤੇ ਉਹ ਬੇਨਤੀ ਕਰਦਾ ਹੈ ਰੱਬ ਜੀ ਹੁਣ ਤਾਂ ਬਚਾ ਲਓ ਰੱਬ ਜੀ ਮੇਰੀ ਬੇਨਤੀ ਸੁਣੋ ਤੁਹਾਡੇ ਸਾਹਮਣੇ ਮਹਾਰਾਜ ਇਕ ਅਰਜ ਗੁਫਤਮ ਪੇਸ਼ ਤੁਹਾਡੇ ਚਰਨਾਂ ਵਿੱਚ ਤੁਹਾਡੇ ਸਾਹਮਣੇ ਮਹਾਰਾਜ ਇੱਕ ਬੇਨਤੀ ਹੈ ਹਕ ਕਬੀਰ کریم ਤੋਂ ਬੇਅਬ ਪਰਵਰਦਗਾਰ ਦਰਗੋਸ਼ ਕੌਣ ਕਰਤਾ ਦਰਗੋਸ਼ ਗੋਸ਼ ਕਹਿੰਦੇ ਕੰਨ ਤੁਹਾਡੇ ਕੰਨਾਂ ਵਿੱਚ ਪਾਤਸ਼ਾਹ ਬੇਨਤੀ ਕਰਦੇ ਆ ਬੇਨਤੀ ਸੁਣੋ ਮਹਾਰਾਜ ਜੀ ਇਹ ਕਰਤਾ ਇਹ ਕਾਲਪੁਰਖ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮਹਾਰਾਜ ਬੇਨਤੀ ਨੀਵੇਂ ਹੁੰਦੀ ਹੈ ਪਰ ਸੁਣੀ ਜਾਂਦੀ ਕੰਨਾਂ ਵਿੱਚ ਖਾਲਸਾ ਜੀ ਅੱਖੋ ਸਤਨਾ ਸ੍ਰੀ ਵਾਹਿਗੁਰੂ ਬੇਨਤੀ ਹਮੇਸ਼ਾ ਨੀਵੇਂ ਹੋ ਕੇ ਕਰੀ ਦੀਏ ਜਦੋਂ ਕਿ ਸਮਝ ਆ ਜੇ ਕਿਸੇ ਦਾਬ ਜੀ ਮੈਂ ਸਾਰੀ ਉਮਰ ਐਵੇਂ ਲੰਘਾਤੀ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਯਾ ਕਹੋ ਨਾਨਕ ਹਮ ਨੀਜ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਬੇਨਤੀ ਹੈ ਗੱਲ ਦਾ ਜੀ ਨਾ ਹੋ ਜਤੀ ਸਤੀ ਨਹੀਂ ਪੜਿਆ मूरख मुगदा जन्म पया प्रणवत नानक तेन की सरना सरिया ये बेनती है रब जी मैं कुछ नहीं किया जब तक कुछ नहीं किया भेड़े काम ही करदा रहा महाराज एक तरस भरी बेनती थडे चैना है महाराज ਆਪਣੇ ਕੰਨਾਂ ਵਿੱਚ ਇਹ ਬੇਨਤੀ ਸੁਣੋ ਜੀ ਹਕ ਕਬੀਰ کریم ਤੋਂ ਬੇਅੈਬ ਪਰਵਰਦੇਗਾਰੇ ਕਿਤੇ ਹੋ ਹਕ ਸੱਚੇ ਹੋ ਕਬੀਰ ਵੱਡੇ ਹੋ کریم ਬਖਸ਼ਿੰਦ ਹੋ ਹਕ ਕਬੀਰ کریم ਤੋਂ ਬੇਅੈਬ ਐਬ ਤੋਂ ਰਹਿਤ ਹੋ ਪਰਵਤਗਾਰ ساری ਦੁਨੀਆ ਨੂੰ ਚਲਾਉਣ ਵਾਲੇ ਹੋ ساری ਦੁਨੀਆ ਦੇ ਮਾਲਕ ਹੋ ਕਾਲਪੁਰਖ ਤੁਸੀਂ ਐਸੀ ਹੋ ਮੇਰੇ ਪਾਤਸ਼ਾਹ ਇਹ ਬੇਨਤੀ ਸੁਣੋ ਮਹਾਰਾਜ ਜਦੋਂ ਕਿਸੇ ਦੇ ਮਨ ਦੀ ਭਾਵਨਾ ਖਾਲਸਾ ਜ ਬਣ ਜਾਵੇ ਨਾ ਫਿਰ ਇੱਕ ਮਿੰਟ ਵੀ ਛੁਟਕਾਰਾ ਵੀ ਹੋ ਜਾਂਦਾ ਹੈ ਅੱਖੋ ਸਤਨਾਹ ਸ੍ਰੀ ਵਾਹਿਗੁਰੂ ਫਿਰ ਨਹੀਂ ਦੇਖਿਆ ਜਾਂਦਾ ਕੋਡਾ ਰਾਖਸ਼ ਹੈ ਵਲੀ ਕੰਧਾਰੀ ਹੈ ਨੂਰਸ਼ਾ ਜਾਦੂਗਰਣੀ ਹੈ ਅਜਾਮਲ ਪਾਪੀ ਹੈ ਗਨ ਦਾ ਵਿਸ਼ਵਾਹ ਹੈ ਉਹ ਨਹੀਂ ਵਿਖਿਆ ਜਾਂਦਾ ਫਿਰ ਤਾਂ ਮਿਹਰ ਦੀ ਨਿਗਾਹ ਹੁੰਦੀ ਹੈ ਫਜ਼ਲ ਦੀ ਨਿਗਾਹ ਹੁੰਦੀ ਹੈ ਉਹ ਫਜ਼ਲ ਦੀ ਨਿਗਾਹ ਨਾਲ ਬੇੜਾ ਪਾਰ ਹੋ ਜਾਂਦਾ ਹੈ ਆਸਾ ਕਹਿੰਦੇ ਕਿ ਸਾਡੀ ਬੇਨਤੀ ਰੱਬ ਦੇ ਦਰ ਤੇ ਕਿਵੇਂ ਕਰਨਗੇ ਉਹ ਆਪ ਜੀ ਖਾਲਸਾ ਜੀ ਹੋ ਅਗਲੇ ਪ੍ਰਕਰਨਾ ਵਿਖੇ শ্রবণ ਕਰਨਾ ਜੀ ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਅਖਰਵਾਦ ਘਾਟ ਪੁਲਚਕ ਦੀ ਖਿਮਾ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 11 ਨਵੰਬਰ ਨੂੰ ਬੰਦਾ ਸਿੰਘ ਜੀ ਭਾਦਰ ਨੇ ਸਮਾਣਾ ਫਤਿਹ ਕੀਤਾ ਸੀ 1709 ਨੂੰ ਉਹਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮ ਖਾਲਸਾ ਚੱਲ ਰਹੇ ਹਨ ਤੇ ਉਹਨਾਂ ਸਮਾਗਮਾਂ ਦੇ ਅਧੀਨ ਪਰਸੋਂ ਐਤਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਦੋਦਰਾ ਸਾਹਿਬ ਇਹ ਜਿਹੜਾ ਸਮਾਣੇ ਤੋਂ ਪੱਲੇ ਪਾਸੇ ਕੋਟਲੀ ਦੋਦੜਾ ਪਾਵਨ ਅਸ탄 ਹੰਗੁਰ ਤੇਗ ਬਹਾਦਰ ਪਾਸ਼ਾ ਦੇ ਉਥੋਂ ਫਤਿਹ ਮਾਰਜ ਆਰੰਭ ਹੋਵੇਗਾ ਤੇ ਗੁਰਦੁਆਰਾ ਥੜਾ ਸਾਹਿਬ ਸਮਾਣੇ ਵਿਖੇ ਆ ਕੇ ਇਹ ਮਾਰਜ ਸਮਾਪਤ ਹੋਵੇਗਾ ਖਾਲਸਾ ਜੀ ਉਹ ਤੇ ਸਮਾਂ ਹੈ ਸਵੇਰੇ 9 ਵਜੇ ਇਹ ਫਤਿਹ ਮਾਰਜ ਆਰੰਭ ਹੋਵੇਗਾ ਪਰਸੋਂ 7 ਤਰੀਕ ਸਵੇਰ ਦਾ ਸਮਾਂ ਹੈ ਜਿਹੜੀਆਂ ਸੰਗਤਾਂ ਗੁਰੂ ਕੇ ਪਿਆਰੇ ਇਥੋਂ ਜਾਣਾ ਚਾਹੁੰਦੇ ਹਨ ਸਵੇਰੇ 8 ਵਜੇ ਤੋਂ ਬਸ ਚੱਲੇਗੀ ਖਾਲਸਾ ਜੀ ਆਪ ਸੰਗਤਾਰੇ ਚੰਨਾਂ ਜੀ ਬੇਨਤੀ ਹੈ ਕਿ ਬੰਦਾ ਸਿੰਘ ਬਹਾਦਰ ਜੀ ਨੇ ਇਹ ਸਮਾਣਾ ਫਤਿਹ ਕੀਤਾ ਤੇ ਇਹਦੇ ਸਬੰਧ ਵਿੱਚ ਇਹ ਫਤਿਹ ਮਹਾਰਾਜ ਪਰਸੋਂ 7 ਤਰੀਕ ਨੂੰ ਸਵੇਰੇ 9 ਵਜੇ ਗੁਰਦੁਆਰਾ ਦੋਦਲੇ ਸਹਿਬ ਜੋ ਗੁਰਤੇਗ ਬਹਾਦਰ ਪਾਸ਼ਾ ਦਾ ਪਾਵਨ ਸਥਾਨ ਹੈ ਸਮਾਣੇ ਤੋਂ ਪਲੜੇ ਪਾਸੇ ਇਹ ਥੋੜਾ ਜਿਹਾ ਕੋਟਲੀ ਦੋਦੜਾ ਆਦ ਉਥੋਂ ਇਹ ਫਤਿਹ ਮਹਾਰਾਜ ਆਰੰਭ ਹੋਵੇਗਾ ਤੇ ਗੁਰਦੁਆਰਾ ਥੜਾ ਸੈਵਸ ਸਮਾਪਤੀ ਹੋਵੇਗੀ ਆਪ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਜਾਣਾ ਚਾਹੁੰਦੇ ਹਨ ਖਾਲਸਾ ਉਹਨਾਂ ਲਈ ਵਿਸ਼ੇਸ਼ ਤੌਰ ਤੇ ਬਸਤਾ ਉਪਰਾਲਾ ਕੀਤਾ ਗਿਆ ਹੈ ਆਪ ਸੰਗਤਾਂ ਸਵੇਰੇ 8 ਵਜੇ ਇੱਥੋਂ ਜਾ ਕੇ ਤੇ ਫਤਿਹ ਮਾਰਵੇ ਸ਼ਾਮਲ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀ ਤਰਪਤਾ ਜੀ ਦੇ ਲਖਤੇ ਜ਼ਿਗਰ ਅਤੇ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਸਵਾਣਾ ਫਤਿਹ ਕੀਤਾ ਇਸੇ ਸਵਾਣੇ ਤੋਂ ਸੰਗ ਖਾਲਸਾ ਜੀ ਜਾਸ਼ ਸ਼ਾਸ਼ਲ ਬੇਗ ਅਤੇ ਜਾਸ਼ਲ ਬੇਗ ਇਹ ਜਿਹੜੇ ਜਲਾਲੁਦੀਨ ਵਰਗੇ ਸਮਾ ਸਮਾਣੇ ਦੀ ਮਸੰਦ ਸਮਾਣੇ ਦੇ ਜਲਾਦ ਤੇ ਇਹਨਾਂ ਨੂੰ ਸੋਧਿਆ ਸੀ ਤੇ ਇਸ ਸਮਾਣੇ ਫਤਿਹ ਦਿਵਸ ਨੂੰ ਤੇ ਯਾਦ ਕਰੀਏ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀਏ ਪਾਤਸ਼ਾਹ ਸਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ ਦੀ ਇਤਨੀਆ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਵਾਹਿ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ gurua hai guru ਚਤਹੀ ਪਾਰ ਬ੍ਰਹਮ ਨਾਸੀ ਅਗਨਾਸੀ ਇਹ ਪੂਰਨ ਹੈ ਸਰਬਮੈ ਸੁਖ ਪੰਜਨ ਗੁਣਤਾਸੀ ਇਹ ਸੰਗੀ ਹੈ ਨਿਰੰਕਾਰ ਇਹ ਜਿਰ ਗੁਣ ਸਭ ਟੇਕ ਇਹ ਗੋਪਿੰਦ ਹੈ ਗੁੰਢਿਧਾ ਜੋ ਕੇ ਸਦਾ ਬੇਤ ਇਹ ਅਪਰੰਪਰ ਹਰ ਹਰੇ ਹੈ ਪੀਓ ਵਣਿਆਰੀ ਇਹ ਸੰਤਹਿ ਕਹਿ ਸਦਾ ਸੰਗ ਹਾਰਾਇਆ ਦਾ ਰਿਤਾਪੁਰ ਹੋਂਦਾ ਸਰੋ ਐ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾ ਰਾਮ ਕੋਈ ਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਦੇ ਦਿਾਲੇ ਇੱਕ ਅਖਰ ਹਰ ਮਨ ਬਸਤ ਨਾਨਕ ਹੋ ਤਿਨ ਹਾਲ ਵਾਹਿਗੁਰੂ ਨਾਮ ਜਹਾਜ ਹੈ ਜਿਹ ਸੋ ਤੇਰੇ ਪਾਰੇ ਸੁਰਦਾ ਕਰ ਸੇਵਦੇ उन्दार निय गुरु नाम जहाज है सो तेरे पारे। तो कर से वे उन्दार निय वागुरु जी का खालसा वाहीगुरु जी की फतेह